सिकंदर सिंह बहुत बहुत स्वागत करते हैं जी। जिमें कि आप जी ने पता ही है कि सैटरडे वाले दिन साडा प्रोग्राम लाइव हुंदा है, इमीग्रेशन दे मुतलक जिहड़ा प्रोग्राम यह हुंदा है। बिल्कुल इहदे विच तुसीं हमेशा दी तरह कॉल करके किसी भी तरह की इमीग्रेशन बारे जानकारी ले सकते हो। साडे वकील साहब साडे नाल बहुत ही सुलझे हुए वकील साहब, इंटरनेशनल वकील साहब भी आपां इहनां नूं कह दिंदे आ, जिवें कि इंटरनेशनल ही हुण हो गए ये। सो ये हमेशा ही साडे नाल बहुत ही मोढ़े नाल मोढ़ा जोड़ के खड़ते हैं, हमेशा जिथे कहीए वो साडे नाल आउंदे ने। सो आपां इहनां दा स्वागत करदे आ जी। स्वागत करन तों बाद आपां इहनां नाल सवाल करांगे। सो जिहड़ी भी जानकारी इहनां कोल नवीं आई जां पुराणी दे मुतलक किसी नूं भी जानकारी दी लोड़ होवे तो तुसीं साडे स्टूडियो कॉल कर सकदे हो। एक घंटा आपां तुहाडे नाल जुड़े रहांगे जी। सो आपां स्वागत करदे आ जवेर रशीद जी दा। ਸਤਿ ਸ਼੍ਰੀ ਅਕਾਲ ਜੀ ਜਵੇਰ ਸਿੰਘ। ਸਤਿ ਸ਼੍ਰੀ ਅਕਾਲ, ਸਲਾਮ, ਥੈਂਕ ਯੂ ਵੈਰੀ ਮਚ ਭਾਅ ਜੀ। ਅੱਜ ਦੁਬਾਰਾ ਆਪਾਂ ਦੀ ਮੁਲਾਕਾਤ ਹੋਈ ਹੈ ਸੈਚਰਡੇ ਦੀ ਈਵਨਿੰਗ ਨੂੰ ਪੀ ਬੀ ਸੀ ਦੇ ਸਟੂਡੀਓ ਤੋਂ ਅਤੇ ਲਾਈਵ ਆਪਾਂ ਆ ਗਏ ਜੀ। ਅਤੇ ਸਭ ਤੋਂ ਪਹਿਲੇ ਵਿਅਕਤੀਆਂ ਨੂੰ, ਕਮਿਊਨਿਟੀ ਨੂੰ ਜੀ ਕਹਿੰਦੇ ਹਾਂ ਕਿ ਸਵਾਲ ਪੁੱਛਣ ਜੀ, ਕਿਉਂਕਿ ਸਟੂਡੈਂਟ ਦੀ ਜ਼ਿੰਦਗੀ 'ਚ ਜਾਂ ਇਮੀਗ੍ਰੇਸ਼ਨ ਦੇ ਜਿਹੜੇ ਉਤਾਰ ਚੜਾਓ ਜੀ ਇਤਨੀ ਤੇਜ਼ੀ ਨਾਲ ਆ ਜਾ ਰਹੇ ਜੀ ਕਿ ਸੰਭਲਣ ਦਾ ਮੌਕਾ ਨਹੀਂ ਮਿਲਦਾ। ਬਿਲਕੁਲ। ਅਤੇ ਪੀ ਬੀ ਸੀ ਦੇ ਇਸ ਲਾਈਵ ਸ਼ੋਅ ਤੋਂ ਅਸੀਂ ਦੋਨੋਂ ਭਾਈ ਇਸੇ ਵਾਸਤੇ ਜੁੜਦੇ ਹਾਂ ਆਪਣੇ ਕੀਮਤੀ ਸਮਾਂ ਕੱਢ ਕੇ ਕਿ ਲੋਕਾਂ ਨੂੰ ਇਸ ਤੋਂ ਪਹਿਲੇ ਕਿ ਕੋਈ ਐਸੀ ਤਬਦੀਲੀ ਆਊ ਜਿਸ ਦੀ ਵਜ੍ਹਾ ਤੋਂ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਬੁਰੀ ਤਰ੍ਹਾਂ ਅਫੈਕਟ ਹੋਵੇ ਜਾਂ ਉਹਨਾਂ ਨੂੰ ਪਲੈਨਿੰਗ ਕਰਨ ਦਾ ਮੌਕਾ ਨਾ ਮਿਲੇ, ਆਪਾਂ ਪਹਿਲੇ ਉਹਨਾਂ ਨੂੰ ਇੱਕ ਚੇਤਾਵਨੀ ਦੇ ਦਈਏ, ਇੱਕ ਟਾਈਮ ਦੇ ਦਈਏ ਆਪਣੇ ਸ਼ੋਅ ਦੇ ਥਰੂ, ਕਿਉਂਕਿ ਸਾਡਾ ਕੰਮ ਤਾਂ ਹੁੰਦਾ ਕਿ ਦਿਨ ਰਾਤ ਇਮੀਗ੍ਰੇਸ਼ਨ ਦੀ ਜਿਹੜੀ ਅਪਡੇਟਸ ਹੁੰਦੀਆਂ ਨੇ ਉਹਨਾਂ ਨਾਲ ਜੁੜੇ ਰਹੀਏ, ਹੋਮ ਆਫਿਸ ਦੇ ਨਾਲ ਜੁੜੇ ਰਹੀਏ ਜਾਂ ਇਮੀਗ੍ਰੇਸ਼ਨ ਦੇ ਅੰਦਰ ਹਕੂਮਤ ਦੀ ਜਿਹੜੀ ਪਲੈਨਿੰਗ ਹੈ ਜਾਂ ਪਾਰਲੀਮੈਂਟ ਦੀ ਜਿਹੜੀ ਗੱਲਾਂ ਆਉਣੀਆਂ ਜਾਂ ਆਪਾਂ ਦੇ ਜਿਹੜੇ ਇੰਡੀਆ ਪੰਜਾਬ ਵਿੱਚ ਜਾਂ ਪਾਕਿਸਤਾਨ ਪੰਜਾਬ ਵਿੱਚ ਜਾਂ ਜਿੱਥੋਂ ਜਿੱਥੇ ਵੀ ਲੋਕ ਆਉਂਦੇ ਉਹਨਾਂ ਨੂੰ ਪਹਿਲੇ ਤੋਂ ਹੀ ਦੱਸ ਦਈਏ ਕਿ ਉਹਨਾਂ ਨੇ ਕਿਸ ਤਰ੍ਹਾਂ ਪਲੈਨਿੰਗ ਕਰਨੀ। ਜੀ ਬਿਲਕੁਲ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ, ਹਮੇਸ਼ਾ ਪਿਛਲੇ ਵੀ ਪ੍ਰੋਗਰਾਮਾਂ ਵਿੱਚ ਵੀਰ ਸਾਹਿਬ ਕਹਿੰਦੇ ਹੁੰਦੇ ਨੇ ਕਿ ਅਵੇਅਰ ਹੋਣਾ ਬਹੁਤ ਜ਼ਰੂਰੀ ਆ। ਇਹ ਜਿਹੜਾ ਸਮਾਂ ਚੱਲ ਰਿਹਾ ਇਸ ਵਿੱਚ ਅਵੇਅਰਨੈਸ ਬਹੁਤ ਜ਼ਰੂਰੀ ਹੈ। ਠੱਗ ਏਜੰਟਾਂ ਦੇ ਕਹਿੰਦੇ ਹੁੰਦੇ ਆ ਕਿ ਠੱਗ ਏਜੰਟਾਂ ਦੇ ਆਪਾਂ ਜਦੋਂ ਧੱਕੇ ਚੜ੍ਹ ਜਾਂਦੇ ਹਾਂ ਨਾ, ਫਿਰ ਆਪਣੇ ਜਿਹੜਾ ਇਮੀਗ੍ਰੇਸ਼ਨ ਸਟੇਟਸ ਜਾਂ ਠੱਗ ਵਕੀਲ ਵੀ ਕਹਿ ਸਕਦੇ ਹਾਂ, ਸੋ ਉਹ ਖਰਾਬ ਕਰ ਦਿੰਦੇ ਆ। ਸੋ ਇਸੇ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਹੁੰਦਾ ਹੈ ਹਰ ਵੀਕ ਇਹੀ ਹੁੰਦਾ ਹੈ ਕਿ ਹਮੇਸ਼ਾ ਹੀ ਕੋਈ ਚੰਗੀ ਚੀਜ਼ ਜਾਂ ਚੰਗਾ ਕੋਈ ਜਿਹੜਾ ਕਾਨੂੰਨ ਜਾਂ ਕਿਸੇ ਵੀ ਤਰ੍ਹਾਂ ਦੀ ਚੰਗੀ ਜਾਣਕਾਰੀ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਸੋ ਜਵੇਰ ਸਾਹਿਬ, ਸਾਨੂੰ ਇਹ ਦੱਸੋ ਕਿ ਜਿਹੜੇ ਆਪਾਂ ਜਿਹੜੇ ਹੁਣ ਸਟੂਡੈਂਟਾਂ ਨੇ ਵਰਕ ਪਰਮਿਟ ਲਏ ਆ, ਬਹੁਤ ਹੀ ਜ਼ਿਆਦਾ ਇਹ ਭਖਿਆ ਮੁੱਦਾ ਕਹਿ ਸਕਦੇ ਆਪਾਂ ਇਹਨੂੰ, ਵਰਕ ਪਰਮਿਟ ਦਾ ਜਿਹੜਾ ਮੁੱਦਾ ਆ ਫੇਕ ਪੇਪਰ ਲਾ ਕੇ ਜਿਹਨੂੰ ਆਪਾਂ ਕੋਸ ਕਹਿ ਦਿੰਦੇ ਹਾਂ, ਫੇਕ ਕੋਸ ਲੈ ਕੇ ਜਿਹੜੇ ਵਰਕ ਪਰਮਿਟ ਲੋਕ ਆਪਣੇ ਦੇ ਰਹੇ ਨੇ ਅਤੇ ਉਹਨਾਂ 'ਤੇ ਕੀ ਇਫੈਕਟ ਹੋ ਰਿਹਾ? ਭਾਅ ਜੀ, ਇਹ ਬੜਾ ਤੁਸੀਂ ਅੱਜ ਦੀ ਜਿਹੜੀ ਦੌਰ 'ਚ ਅੱਜ ਦੇ ਟਾਈਮ 'ਚ ਜੀ 17 ਜੁਲਾਈ ਤੋਂ ਬਾਅਦ 17 ਹਾਂਜੀ 17 ਜੁਲਾਈ ਜਿਹੜਾ ਮੇਨ ਇੱਕ ਤਾਰੀਖ ਸੀ ਜਿਸ ਸਟੂਡੈਂਟ ਦੀ ਜਿਹੜੀ ਸਟੂਡੈਂਟ ਵੀਜ਼ਾ ਸੀ ਉਸ ਉੱਤੇ ਉਹਨਾਂ ਇੱਕ ਰੁਕਾਵਟ ਪੈਦਾ ਕਰ ਦਿੱਤੀ ਕਿ ਜਾਂ ਤਾਂ ਤੁਸੀਂ ਆਪਣੀ ਸਟੱਡੀ ਕੰਪਲੀਟ ਕਰੋ ਜਾਂ ਜਿਹੜਾ ਸਟੱਡੀ ਦਾ ਜਿਹੜਾ ਕੈਸ ਲੈਟਰ ਹੈਗਾ ਜਿਹੜਾ ਉਹਦਾ ਡਿਊਰੇਸ਼ਨ ਦੌਰਾਨੀਆ ਹੈਗਾ ਉਹ ਪੂਰਾ ਕਰੋ, ਅਗਰ ਉਹ ਪੂਰਾ ਨਹੀਂ ਕਰਦੇ ਤਾਂ ਤੁਸੀਂ ਸਵਿਚ ਨਹੀਂ ਕਰ ਸਕਦੇ। ਦੂਜੇ ਲਫ਼ਜ਼ਾਂ ਸਟੂਡੈਂਟ ਨੂੰ ਇੱਕ ਥਾਂ 'ਤੇ ਉਹਨਾਂ ਬੰਨ੍ਹ ਕੇ ਰੱਖ ਦਿੱਤਾ ਕਿ ਤੁਸੀਂ ਇੰਡੀਆ ਤੋਂ ਜਾਂ ਜਿੱਥੋਂ ਵੀ ਪੜ੍ਹਨੇ ਵਾਸਤੇ ਆਏ ਹੋ ਯੂਕੇ 'ਚ ਪੜ੍ਹਾਈ ਕਰੋ, ਨਹੀਂ ਪੜ੍ਹਾਈ ਕਰਦੇ ਤਾਂ ਤੁਸੀਂ ਵਾਪਸ ਜਾਓ, ਯਾਨੀ ਕਿ ਹੋਰ ਕੋਈ ਲੈਫਟ ਰਾਈਟ ਤੁਸੀਂ ਨਹੀਂ ਤੱਕ ਸਕਦੇ, ਨਹੀਂ ਕਰ ਸਕਦੇ। ਅੱਛਾ, ਇਸ ਚੱਕਰ 'ਚ ਕੀ ਹੋਇਆ, ਬਹੁਤ ਸਾਰੇ ਠੱਗ ਲੋਕਾਂ ਨੇ, ਬੇਮਾਨ ਲੋਕਾਂ ਨੇ, ਠੀਕ ਹੈ, ਕੀ ਕੀਤਾ ਕਿ ਸਟੂਡੈਂਟ ਨੂੰ ਫੇਕ ਕੋਸ ਝੂਠੇ ਕੋਸ ਘਰੋਂ ਪ੍ਰਿੰਟ ਕਰਕੇ ਝੂਠੀ ਕੰਪਨੀਆਂ ਦਾ ਨਾਂ ਪ੍ਰਿੰਟ ਕਰਕੇ ਦੇ ਦਿੱਤੇ, ਠੀਕ ਹੈ। ਕੋਸ ਹੁੰਦਾ, ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਈਏ, ਕੋਸ ਹੁੰਦਾ ਸਰਟੀਫਿਕੇਟ ਆਫ ਸਪੋਂਸਰਸ਼ਿਪ। ਜਦੋਂ ਆਪਾਂ ਵਰਕ ਪਰਮਿਟ ਲਈਦਾ, ਸਕਿੱਲ ਵਰਕਰ ਵੀਜ਼ਾ ਲਈਦਾ, ਅਤੇ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਸ ਦੇ ਬਿਨਾਂ 'ਤੇ ਕੋਸ ਮਿਲਦਾ, ਉਹ ਇੱਕ ਨੰਬਰ ਹੁੰਦਾ, ਠੀਕ ਹੈ, 14-15 ਡਿਜਿਟ ਦਾ ਨੰਬਰ ਹੁੰਦਾ, ਜਿਹੜੀ ਲੋਕ ਜ਼ਿਆਦਾਤਰ ਪੇਪਰ 'ਤੇ ਪ੍ਰਿੰਟ ਕਰਕੇ ਦਿੰਦੇ, ਇੰਪਲੋਇਰ ਦਿੰਦੇ, ਇੰਪਲੋਈ ਆ, ਇੰਪਲੋਈ ਫਿਰ ਵਕੀਲਾਂ ਕਰਵਾਉਣ ਦੇ, ਠੀਕ ਆ। ਅਤੇ ਉਹ ਜਿਹੜੇ ਲੋਕਾਂ ਨੇ ਝੂਠੇ ਮੂਠੇ ਫੇਕ ਜਾਂ ਕਿਸੇ ਹੋਰ ਕੰਪਨੀ ਦੇ ਕਾਪੀ ਕਰਕੇ ਏਜੰਟਾਂ ਨੇ ਜਾਂ ਜਿਹੜੇ ਵੀ ਬੰਦੇ ਸ਼ਾਮਿਲ ਹੈਗੇ, ਲਾਜ਼ਮੀ ਨਹੀਂ ਖਾਲੀ ਏਜੰਟ ਹੀ ਹੋਣ, ਬੜੇ ਬੜੇ ਹੋ ਗਏ, ਕਈ ਸਟੂਡੈਂਟ ਏਜੰਟ ਬਣੇ ਪਏ ਜਿਹੜੇ ਦੂਸਰੇ ਨਵੇਂ ਵੀ ਜਿਹੜੇ ਹਾਂਜੀ ਨਵੇਂ ਬੰਦਿਆਂ ਨੂੰ ਠੱਗ ਰਹੇ। ਸਿਰਫ 17 ਜੁਲਾਈ ਦੀ ਜਿਹੜੀ ਭੱਗਰ ਮੱਚੀ ਸੀ, ਇੱਕ ਪੈਨਿਕ ਸਿਚੁਏਸ਼ਨ ਬਣੀ ਸੀ, ਉਹਦਾ ਫਾਇਦਾ ਚੁੱਕਦੇ ਹੋਏ ਲੋਕਾਂ ਨੂੰ ਝੂਠੇ ਦੇ ਕੇ ਕੋਸ
और कई बंदे फड़े भी गए पिछे न्यूज़ च हैगा सोशल मीडिया से हैगा आपां नां नहीं लवांगे उन्हां दे लेकिन जिन्हां नूं जानदे ने बच्चे उन्हां नूं पता है स्टूडेंट नूं ओह दे के इन्हां बंदियां ने उन्हां कोल पैसे भी ठग ले और उन्हां दा करियर भी तबाह कर दिता। एक तो उन्हां दे वीजे निकल गए, दूजे उन्हां दे फेक कोर्सेज दे के फेक वर्क परमिट दे स्पॉन्सरशिप लैटर दे के उन्हां नूं 10-10 साल वास्ते बैन भी करवा दिता। आपां ने कई इस तरह दे केसेस देखे, कई इस तरह दे स्टूडेंट नूं बचाया भी हैगा, ठीक है। फिर आपां ने एप्लीकेशन विदड्रॉ भी की थी और दे बड़े कानूनी तरीके होंदे बचने वास्ते, पैसे दे आपां दे गए ही गए, ठीक है। आपां नूं 10 साल का बैन भी लग गया जी, आपां दे जिहड़ा वीजा है अगला, ठीक है, वह भी स्विच नहीं हो सकता, ठीक है। तो इन जिहड़े माड़िया लोगों ने इन स्टूडेंट दे वीजिया दे नाल एक खंड एक बहुत माड़ा सलूक किया, उन्होंने जिंदगी तबाह कर दी। आप अज के शो विच इस ते खुल के चर्चा करांगे, बिल्कुल, क्योंकि ये बहुत ही इंपोर्टेंट चीज़ है और बारहा इस चैनल ते प्लेटफॉर्म ते बार बार कहीदा कि तुसी ये चैनल जरूर सुना करो जी। चैनल ते आने दा मकसद अपनी मशहूरी सिर्फ नहीं होंदा, अपना कीमती समा कढ़ के तुसानू साड़ी इनफॉर्मेशन नाल साढ़े जरिए इस शो के जरिए अगर तुसी इस ठगी तो इस बेमानी तो अपने वीजे तो डुबड़े तो बचा सकदी हो तो प्लीज़ जरूर गल्ला सुनो। साढ़े तो भाजी चैनल भी बिजी है, असं भी बिजी हाँ, बिल्कुल। आने का यही मकसद आ कि अपनी आवाज़ इतने जे स्टूडेंट उन्होंने बचाइए या जे व्यक्ति दूजे देशों अगे इंडिया अगे पंजाब अगे पाकिस्तान जिते भी सुनने वाले दसीए कि इस ठगी तो नहीं बचना। ईवन नाइजीरिया तक भाजी मेरे को लोगों दी वह भी ये सवाल पूछते कि सानू भी किसी ने फेक कोर्स दिता और 10 साल का बैन लग गया, पैसे तो भाजी गए ही गए, इमीग्रेशन हिस्ट्री भी खराब हो गई, खराब हो गया। हाँ जी, यूके का जो आने का सपना वह भी गया, ठीक है। उसते एक अलहदा कानून लगा कि तुम किस तरह बच सकते हो, लेकिन वह बड़ी एक और नवी एक नवी चैलेंज नवा एक इमीग्रेशन के नवी लड़ाई शुरू हो जाती है। बिल्कुल जी, जिमें कि जवीर साहब ने बहुत ही साफ लफ्जा में समझाई गल कि जो आप इन्हों धक्के चढ़ जाने इन्होंने को गलत चीज़ा लैके गलत डाकूमेंट लैके असी अपना वीजा भी खराब कर दिया, इमीग्रेशन स्टेटस जोड़ा साडा इतने यूके रहने का वो बिल्कुल ही तबाह हो जाता, जाने कि जिंदगी तबाह हो जाती। जिमें कि आप जी को पता ही है कि 10 साल का बैन जदों लग जाता उस तो बाद 10 साल तुम यूके नहीं आ सकते। सो इन चीज़ों तो बचना आपां साडा प्रोग्राम का प्रोग्राम करन दा मकसद हमेशा यही रहिंदा आ, हमेशा असी यही प्रोग्राम जवेर साहब सलाह देंदे ने कि जिहड़ा भी कोई इदां दा काम तुसीं करना बहुत देख के सोच के समझ के करन दी लोड़ है, क्योंकि इमीग्रेशन दा जिहड़ा स्टेटस सब तो जरूरी आ। आपां नूं इत्थे स्टेटस तो बगैर आपां कुछ नहीं हैगे, लाइफ कुछ नहीं हैगी इस वेले जिदां दा समां चल रहा। सो जवेर साहब इन चीज़ों तो बचिया किमें जा सके? बड़ी प्यारी गल आखी आ, जिहड़े फेक कोर्सेस होंगे भाजी उन्हां कोल बचा किस तरह जा सकता? जिहड़ा फेक कोर्स होंदा फेक वर्क परमिट दा स्पॉन्सरशिप होंदा जी, वह भाजी वो एक ही बंदा दस सकता वह फेक है या नहीं आ, या जिसने इशू किया वह दस सकता जी, या होम ऑफिस दस सकता जी, जो तो होम ऑफिस लाइव अपने सिस्टम चैक करता, होर कोई बंदा नहीं दस सकता कि वह फेक हैगा या ठीक हैगा, क्योंकि वह सिस्टम इतना सेंसिटिव या इतना डिस्क्रीट इतना यानी कि क्लोज होंदा कि जिस कंपनी ने वह इशू किया होंदा सिर्फ वही दस सकता जिस बंदे ने इशू किया, या जदों वो होम ऑफिस दे डेस्क से आउंदा होम ऑफिस अपने सिस्टम विच पाउंदा तदों पता लग सकदा, होर कोई व्यक्ति कोई बंदा नहीं दस सकदा कि वह फेक हैगा या फेक नहीं हैगा। सो इस चीज़ नूं आम बंदा नहीं क्लीयर कर सकदा कि फेक है या नहीं, या कोई भी वकील भी नहीं कर सकदा? वकील भी नहीं कर सकदा, क्योंकि वह जिहड़ा जिहड़े ठग होंदे जिहड़े जालसाज बंदे होंदे उन्हां की कीता होंदा वो किसी होर दा हू बहू कापी कीता होंदा, बिल्कुल। वो नंबर तुसीं एप्लीकेशन जदों पाउंदे हो ना कोर्स का वो कोई भी नंबर पाओ एप्लीकेशन अगे टुर पैंदी आ जी। जालसाजा ने ठगा ने यह भी ईवन दाव लाया स्टूडेंट नूं ठगने वास्ते कि उन्होंने झूठियां होम ऑफिस दियां लैटरां भी दे दित्तियां कि इत्थों दा वर्क परमिट ग्रांट हो गया जी, उन्होंने उन्होंने झूठियां वर्क परमिट की कोस्ट की बिना से होम ऑफिस तो बायोमैट्रिक्स भी करा के दे दित्तियां। ये होम ऑफिस के सिस्टम की कमजोरी समझ लो तुसी, या होम ऑफिस नू इस लूप होल ते बहुत जल्दी काबू पा लेना जी। तो इन्होंने लोगों ने अपने पैसे भी बुला ले, अगले दे वीजा स्टेटस भी खराब कर लिया और हमेशा वास्ते उन्होंने जिंदगी तबाह बर्बाद कर दी। हुण असी इन्होंने लोगों से काफ़ी स्टूडेंट भी सब तो पहली गल पैगाम देईदा कि जो भी तुसी वकील को जाओ, ईवन वकील भी होवन ठीक है, किसी रेप्यूटेड बंदे को जाओ या उस बंदे को जाओ जिस जो रेगुलेटेड हो, जिसको लाइसेंस हो, जिसको जरा बरसात की मैंडिक की तरह सिर्फ पैसे बनाने 4 दिनों वास्ते अपनी दुकान ना चमकावे, बार बार कह रहे हैं ठीक है
कई लोग ठगे भी जाते, बहुत सारे लोग बच भी जाते। तो सवाल तुसां दा ए सी कि तुसीं किस तरह पता कर सकदे हो? पता करने का तरीका यही है, जिहड़ी कंपनी इशू करेगी वह दस सकती है या होम ऑफिस दस सकता। कई साडे कोल फेक ऑफिस आए, उन्होंने व्यक्तियों ने असं उन्होंने आख्या तुसीं कंपनी को पता करो, जो कंपनी को पता किया तो कंपनी ने सीधे दस दिता कि ऐसा इशू नहीं किया। मेरी गल समझ। अच्छा जी, हाँ जी, कंपनी मुकर गई, कंपनी मुकर गई, असने इशू नहीं किया। ठीक है, ये जिस बंदे ने अगे थोड़ा दिता तुसी उन्हें जाके फड़ो। तो कहने का मतलब वो जो स्टूडेंट है जिन्हें पैसे भी जाया कर दिते, ठीक है, जिसका अवर स्टे भी हो गया, ठीक है, और होम ऑफिस के कागजात वो जुर्मदार भी हो गया, क्योंकि दस साल का बैन लगता जो तुसी कोई झूठी इनफॉरमेशन या झूठा लैटर या झूठा कागज पत्र होम ऑफिस नूं देंदे हो, खास करो स्टूडेंट होवन, बिल्कुल, क्योंकि उस ह्यूमन राइट का एक्सपैक्ट नहीं होता। और प्योरली अगर स्टूडेंट आ तो स्टूडेंट वीजे से होता, वर्क परमिट तो वर्क परमिट के वीजे से होता। तो स्टूडेंट वास्ते अब बड़ा क्लीयर मैसेज हैगा कि इस जरा स्कैम हैगा, ठीक है, ये झूठे कॉस्ट मिलते अगे, इस को बच के रहो। कई स्टूडेंट भाजी मैं तुम्हें इतने यकीन दस सकता वा, कई स्टूडेंट जड़े जड़े भी देश तो आते इतने सुकून के चक्कर आते कि सानू उत्थे अपने देशों तो नस के इतने काम करिए, चार पैसे कमाइए, बिल्कुल सुकून के चक्कर भाजी उन्होंने रातों की निंदा ही हो जाती है। ठीक है, वह इतने परेशान अगे, एक तो उन्होंने ठगी हो जाती है, दूजा कई जगह पर स्पॉन्सर जे अगे काम भी नहीं देंगे। ठीक है, उस सुकून के चक्कर भाजी उन्होंने जरा रातों की निंदर भी चली जाती। और स्टूडेंट इस टाइम जिस दुर्घटना तो जिस जिंदगी दे मोड़ तो गुजर रहे हैं, बिल्कुल वो स्टूडेंट नूं पता है या उसकी बैक होम फैमिली नूं पता है, या जिहड़ा चंगा दयानादार वकील होवे उन्हूं पता है। ये दर्द सिर्फ तीन लोग ही महसूस कर सकते जी। और वकील भी होवे जिहड़ा भाजी ऑनेस्ट वकील होवे, क्योंकि असीं भी वकील हाँ, साढ़े विच बड़ी बड़ी काली बेड़ा आ गईआं। मैं बड़े खुले लफ्जां और बड़े सख्त लफ्जां कह रहा, क्योंकि ये मैं जिहड़ी स्टूडेंट की तकलीफ है या जिहड़े भी वर्क परमिट वाले आए हैं तकलीफ, उन्हां नूं असी आफत ही महसूस करते हैं, उन्होंने अपने सामने बड़ा हैल्पलैस होया देखते हैं जी। बिल्कुल, और वो इस हद तक भाजी हैल्पलैस होंगे कि वह कहें कि हम जीना मरना इतने ही, असं पिछे जाना ही नहीं। बड़े चंगे चंगे व्यक्ति, अच्छे घर के बच्चे भी, पढ़े लिखे घर के बच्चे भी इतने खराब होंगे मैं देखे, जिन्होंने पिछले हालात ठीक हैं फाइनैंशियली, उन्होंने माँ प्यो तो कह देते हैं पिछले आ जाओ तुम दोबारा चले जाना। जिन्होंने पिछले हालात नहीं, जो जमीन पहलियाँ वेच के आए, कहने गंगन वेच के आए, ब्याज से पैसे लेके आए जी, उन्होंने भाजी यूके ही सब कुछ हो जाता, जीना मरना उन्होंने जी बिल्कुल। जिमें आप जी ने दसिया, जवीर साहब ने दसिया कि आप लख रुपया जोड़ा उतों व्याजू चक के भी आने, माँ प्यो ना लड़के भी आने, सम टाइम तो बहुत इदा के केस देखे कि माँ कहें भी नहीं असं बहर जाना ही जाना। चलो बहुत वजी गल है, बहर आना कोई माड़ी गल नहीं हैगी, पर जदों के आप इतने आके फस जाने वो फिर निकलना जोड़ा बहुत औखा आ, सू चीज़ों का नहीं पता हों। मैं खुद स्टूडेंट हाँ जी, मैं अपनी गल करा कि मैं स्टूडेंट हाँ, एक आप गल मैं अपने तौर पर स्टूडेंट को रख के देखा, मैं कुछ नहीं पता ये कैलकुलेटर की होंगे जी की होंगे, मैं तो सिर्फ इंडिया फोन करना पंजाब कि मैं पैसे भेज दो तो सू सा वर्क परमिट जो लग जाएगा। उस तो बाद गल आ जाती है जी, देखो जिमें आप जी ने दस दिया कि वकील बनी इस चीज़ को कर सकते भी देख सकते कि सही कि नहीं। हाँ जी, साडा फिर अखीरी यही रह जाता कि अं फाइल लाइए जी, तो होम ऑफिस को साड़ी फाइल जाए, फिर उन्होंने पता लगता कि ये रोंग है। हाँ जी, ठीक है जी। उस तो बाद फिर वो जो देखती है पेपर, उस कला स्टूडेंट ते ही एक्शन आता कि जिन्होंने इशू किया उन्होंने कोई ना कोई उपर हो। वेरी गुड कंपनी का भाजी, नो बड़ा तुसा कानूनी तौर पर बड़ा चंगा सवाल है, वो एक्शन किसके खिलाफ होगा? वो एक्शन भाजी स्टूडेंट ते ही होगा, उस व्यक्ति ते ही होगा जिन्हें अप्लाई किया, तो उस बंदे ते जिम्मेवारी आ। ठीक है, क्योंकि कंपनी ने मुकर जाऊगी, असा इशू नहीं किया अनलैस नहीं, पर कंपनी आप पैसे जो पाने किसी चीज़ ना उन्होंने डीलिंग कर दी किसी ना किसी अकाउंट में, कंपनी का अकाउंट होता है, कंपनियां डायरैक्ट लैंदियां नहीं। ठीक है, कुछ कंपनियां लैंदियां भी हैं पैसे, लेकिन ट्रेनिंग के माध्यम लैंदियां या इस तरह। ठीक है, तो कहने का मेरा मकसद है कि कंपनी को कुछ नहीं कहेंगे, यस कंपनी की पूछताछ होगी, लेकिन कंपनी से इतना जिम्मा नहीं आएगा जितना उस बच्चे से आएगा जिन्हें वर्क परमिट अप्लाई किया। तो इतने बर्मिंगम पढ़े अपने शहर ही साढ़े वैस मिलने कोई चार पाँच तो बच्चा जोड़े इस दर्दनाक इस ट्रैजिडी तो या इस चैलेंज तो वो बच्चे गुजर रहे, क्यों साढ़े को बच्चे रोज़ आते रोंद हुए आते। ठीक है, और कई तो इस हद तक मजबूर हो जाते, सैलम के वास्ते लैने वास्ते मजबूर हो जाते, वो कहते हैं भाजी असं पिछले तो जाने से सैलम ही लै लें, इस हद तक वो अपने घुटनिया वो आ जाते, इस हद तक वो टुटे होंगे अंदरों, यानी पिछे जाना अपने आप की मौत समझते,
ਉਹ ਯੂਕੇ ਨੂੰ ਹੀ ਕਹਿੰਦੇ ਨੇ ਅਸੀਂ ਸਾਰੇ ਮਿਲਾ ਲਵਾਂਗੇ ਜੀ ਬਿਲਕੁਲ ਇਹਦੇ ਵਿੱਚ ਇਹ ਹੈ ਨਾ ਕਿ ਦੇਖੋ ਜੀ ਰਵੀਰ ਸਾਹਿਬ ਸਾਡੇ ਸਾਨੂੰ ਇੱਥੇ ਆਉਣ ਦੀ ਲੋੜ ਤਾਂ ਹੀ ਪੈਂਦੀ ਆ ਕਿ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਹਾਲਾਤ ਜਿਹੜੇ ਆ ਉਹ ਸਹੀ ਬਹੁਤ ਹੱਦ ਤੱਕ ਸਹੀ ਨਹੀਂ ਹੈਗੇ ਸੋ ਲਾਈਫ ਨੂੰ ਅੱਗੇ ਅੱਗੇ ਵਧਾਉਣ ਵਿੱਚ ਜਾਂ ਪੜ੍ਹ ਉਹ ਕਹਿੰਦੇ ਕਿ ਅਸੀਂ ਪੜ੍ਹੇ ਲਿਖੇ ਜਾਵਾਂਗੇ ਯੂਕੇ ਜਾ ਕੇ ਆਪਣਾ ਵੀਜ਼ਾ ਵਧਾਉਂਗੇ ਵਰਕ ਪਰਮਿਟ ਸਾਨੂੰ ਮਿਲ ਜਾਏਗਾ ਸਾਡੀ ਜਿਹੜੀ ਲਾਈਫ ਹੈ ਜਿਹੜੀ ਉਹ ਸੁਖਾਲੀ ਹੋ ਜਾਏਗੀ ਪਰ ਉਹਦੇ ਜੇ ਆਪਾਂ ਸੋਚਿਆ ਜਾਵੇ ਕਿ ਜਿਹੜੇ ਇੱਦਾਂ ਦਾ ਕੰਮ ਕਰਦੇ ਆ ਜਿਹੜੇ ਜਾਂ ਜਿਹੜੇ ਆਪਾਂ ਫੇਕ ਏਜੰਟੀ ਕਹਿ ਲੈਂਦੇ ਹਾਂ ਜਾਂ ਜਿਹੜੀਆਂ ਕੰਪਨੀਆਂ ਆ ਇਹਨਾਂ ਦਾ ਫਿਰ ਇਸ ਤਰ੍ਹਾਂ ਕੋਈ ਵੀ ਨਹੀਂ ਪਤਾ ਜਿਵੇਂ ਕਿ ਆਪ ਜੀ ਨੇ ਦੱਸਿਆ ਪਰ ਫਿਰ ਸਭ ਤੋਂ ਜ਼ਿਆਦਾ ਅਵੇਅਰਨੈਸ ਉਸ ਬੰਦੇ ਨੂੰ ਚਾਹੀਦੀ ਆ ਜੋ ਸਟੂਡੈਂਟ ਨੂੰ ਬਿਲਕੁਲ ਬਿਲਕੁਲ ਉਹ ਹੀ ਕਰ ਸਕਦਾ ਕਿਉਂਕਿ ਉਹ ਚੰਗੇ ਵਕੀਲਾਂ ਕੋਲ ਜਾਵੇ ਪਹਿਲਾਂ ਉਹਨਾਂ ਕੋਲ ਪਤਾ ਕਰੇ ਵੀ ਅਸੀਂ ਜਿੱਥੇ ਸਾਡੇ ਕੋਲ ਸਕਿੱਲ ਵਰਕਰ ਆ ਆਹ ਸਾਡੇ ਕੋਲ ਹੈਗਾ ਜਾਂ ਅਸੀਂ ਇਹਦੇ ਵਿੱਚ ਲੈਣਾ ਆ ਫਿਰ ਉਹਨੂੰ ਚੰਗੀ ਤਰ੍ਹਾਂ ਘੋਖ ਉਹਦੀ ਕਰਕੇ ਫਿਰ ਉਹ ਲਵੇ ਭਾਅ ਜੀ ਗੱਲ ਇਹ ਨਾ ਕਿ ਬਿਲਕੁਲ ਤੁਸਾਂ ਦੀ ਗੱਲ ਇਹ ਹੈ ਕਿ ਉਹ ਪੰਜਾਬੀ ਆਪਾਂ ਕਹੀਦਾ ਨਾ ਕਿ ਲੈਣੇ ਵਾਲਾ ਮੁਸ਼ਤਰੀ ਹੁਸ਼ਿਆਰ ਬਾਸ਼ ਕਿ ਲੈਣੇ ਵਾਲਾ ਜਿਹੜਾ ਉਹ ਖੁਦ ਹੀ ਆਪਣੇ ਕੰਨ ਅਤੇ ਅੱਖਾਂ ਖੋਲ ਕੇ ਚੱਲੇ ਠੀਕ ਹੈ ਹਾਂ ਮੇਰਾ ਇਹ ਔਰ ਵਰਕ ਪਰਮਿਟ ਦਾ ਜਿਹੜਾ ਇਸ ਟਾਈਮ ਜਿਹੜਾ ਯੂਕੇ 'ਚ ਪੱਕਾ ਹੋਣ ਦਾ ਇੱਕ ਲੋਕਾਂ ਨੇ ਆਸਾਨ ਰਸਤਾ ਦੇਖ ਲਿਆ ਕਿ ਵਰਕ ਪਰਮਿਟ ਹੀ ਹੈਗਾ ਠੀਕ ਹੈ ਪਹਿਲੇ ਹੈਲਥ ਕੇਅਰ ਸੀ ਅੱਜ ਕੱਲ੍ਹ ਕੰਸਟਰਕਸ਼ਨ ਦਾ ਵੀ ਕਾਫੀ ਚੱਲ ਰਿਹਾ ਖਾਸ ਕਰ ਪੰਜਾਬ ਦੇ ਜਿਹੜੇ ਉੱਥੇ ਬੱਚੇ ਵਿਅਕਤੀ ਹੈਗੇ ਉਹਨਾਂ ਦੇ ਦਿਮਾਗ 'ਚ ਇੱਕ ਹੀ ਗੱਲ ਹੈਗੀ ਆ ਕਿ ਯੂਕੇ 'ਚ ਅੱਗੇ ਪੱਕਾ ਹੋਣਾ ਅਤੇ ਵਰਕ ਪਰਮਿਟ ਦਾ ਹੀ ਰਸਤਾ ਹੈਗਾ ਠੀਕ ਆ ਜਾਂ ਦੂਜਾ ਉਹਨਾਂ ਦੇ ਜ਼ਹਿਨ 'ਚ ਹੁੰਦਾ ਸਾਇਲਮ ਕਿਉਂਕਿ ਈਵਨ ਜਿਹੜੇ ਬੱਚੇ ਜਿਹੜੇ ਸਟੂਡੈਂਟਸ ਆਉਂਦੇ ਪੜ੍ਹਾਈ ਦੇ ਨਾਂ ਤੋਂ ਠੀਕ ਹੈ ਕਈ ਤੁਸੀਂ ਪਾਸ ਕਰ ਹੀ ਨਹੀਂ ਸਕਦੇ ਠੀਕ ਹੈ ਕਿਉਂਕਿ ਜਦੋਂ ਆਉਂਦੇ ਉਹਨਾਂ ਦਾ ਜ਼ਿਆਦਾ ਜ਼ੋਰ ਹੁੰਦਾ ਪੈਸੇ ਕਮਾਉਣ ਦੀ ਤਰਫ ਠੀਕ ਆ ਜਾਂ ਇੱਥੇ ਆ ਕੇ ਬੱਚਾ ਪੜ੍ਹਾ ਲਓ ਪੈਦਾ ਕਰ ਲਓ ਠੀਕ ਆ ਅਤੇ ਪੜ੍ਹਾਈ ਦੀ ਤਰਫ ਤਵੱਜੋ ਨਹੀਂ ਦਿੰਦੇ ਕੁੜੀਆਂ ਆਪਣੀ ਪੰਜਾਬ ਦੀਆਂ ਉਹ ਜ਼ਿਆਦਾ ਪੜ੍ਹਦੀਆਂ ਠੀਕ ਹੈ ਉਹ ਕਈ ਮੈਂ ਤਾਂ 10 'ਚੋਂ 6 ਕੁੜੀਆਂ ਪੜ੍ਹ ਲੈਂਦੀਆਂ 4 ਰਹਿ ਜਾਂਦੀਆਂ ਜਾਂ 10 'ਚੋਂ 4 ਮੁੰਡੇ ਜਿਹੜੇ ਆਪਣੇ ਅੱਗੇ 10 'ਚੋਂ 3 ਜਾਂ 4 ਹੀ ਪਾਸ ਕਰ ਲੈਂਦੇ ਠੀਕ ਹੈ ਬਾਕੀ ਜ਼ਿਆਦਾ ਉਹਨਾਂ ਦਾ ਹੀ ਜ਼ੋਰ ਹੁੰਦਾ ਕਿ ਪੈਸੇ ਕਮਾ ਲਈਏ ਪਿੱਛੇ ਭੇਜ ਦਈਏ ਜਾਂ ਕੇ ਕੈਨੇਡਾ ਨਿਕਲ ਜਾਈਏ ਠੀਕ ਆ ਅਤੇ ਇਹ ਜਿਹੜੀ ਰੀਸੈਂਟ 2020 ਤੋਂ 2023 ਤੱਕ ਜਿਹੜੇ ਸਟੂਡੈਂਟ ਦੇ ਜਹਾਜ਼ ਤੇ ਜਹਾਜ਼ ਭਰ ਕੇ ਆਏ ਜਿਹੜੀ ਵੇਵ ਚੱਲੀ ਸੀ ਉਹ ਹੁਣ ਜਿਹੜੀ ਤਾਦਾਦ ਹੈ ਉਹ ਜਿਹੜੀ ਗਿਣਤੀ ਹੈ ਹੁਣ ਹੋਏਗੀ ਘੱਟ ਖਾਸ ਕਰ ਜਨਵਰੀ ਤੋਂ ਕਿਉਂਕਿ ਸਟੂਡੈਂਟ ਦੇ ਡਿਪੈਂਡੈਂਟ ਅਲਾਓ ਨਹੀਂ ਹੋਣਗੇ ਬੱਚੇ ਅਲਾਓ ਨਹੀਂ ਹੋਣਗੇ ਸਪਾਊਸਿਸ ਅਲਾਓ ਨਹੀਂ ਹੋਣਗੇ ਤੁਸੀਂ ਜਿਹੜੇ ਆ ਸਕਦੇ ਹਨ ਉਹੀ ਸਟੂਡੈਂਟ ਦੇ ਬੱਚੇ ਜਾਂ ਸਪਾਊਸਿਸ ਆ ਸਕਦੇ ਹਨ ਜਿਨ੍ਹਾਂ ਨੇ PhD ਕੋਰਸ ਕਰਨਾ ਹੋਵੇ ਜਾਂ ਜਿਨ੍ਹਾਂ ਨੇ ਡਾਕਟਰੇਟ ਦਾ ਕੋਰਸ ਕਰਨਾ ਹੋਵੇ ਜਾਂ ਜਿਨ੍ਹਾਂ ਨੇ ਰਿਸਰਚ ਕੋਰਸ ਕਰਨਾ ਹੋਵੇ ਅਤੇ ਇਸ ਵਾਸਤੇ ਹਕੂਮਤ ਨੇ ਵੀ ਇਹ ਦੇਖਿਆ ਕਿ ਜਿਹੜੇ ਡਿਪੈਂਡੈਂਟ ਆਉਂਦੇ ਸਨ ਸਟੂਡੈਂਟ ਦੇ ਜਿਹੜੇ ਸਟੂਡੈਂਟ ਆਉਂਦੇ ਸਨ ਉਹ ਸਟੂਡੈਂਟ ਦੇ ਨਾਂ ਤੋਂ ਆਪਣੀ ਪੂਰੀ ਪੂਰੀ ਫੈਮਿਲੀ ਮਾਈਗ੍ਰੇਟ ਕਰਵਾ ਰਹੇ ਯਾਨੀ ਕਿ ਉਹ ਮਾਈਗ੍ਰੇਸ਼ਨ ਹੋ ਰਹੀ ਆ ਲੋਕੀ ਜਿਹੜੇ ਕੰਟਰੀ ਛੱਡ ਕੇ ਇੱਥੇ ਆ ਰਹੇ ਜੈਨੂਅਲੀ ਤੌਰ ਤੇ ਪੜ੍ਹਨ ਵਾਸਤੇ ਨਹੀਂ ਆ ਰਹੇ ਹਕੂਮਤ ਨੇ ਇਹ ਦੇਖਦੇ ਹੋਏ ਇਹ ਰੂਲ ਬਿਲਕੁਲ ਟਾਈਟ ਕਰ ਦਿੱਤੇ ਔਰ ਜਨਵਰੀ ਤੋਂ ਇਸ ਰੂਲ ਦਾ ਜਿਹੜੇ ਸਟੂਡੈਂਟ ਦੇ ਡਿਪੈਂਡੈਂਟ ਆਉਂਦੇ ਸਨ ਮੁਕੰਮਲ ਤੌਰ ਤੇ ਇਸ ਦਾ ਇਨਫੋਰਸ ਕਰਵਾ ਲੈਣਾ ਠੀਕ ਹੈ ਜੀ ਔਰ ਇਸ ਤੋਂ ਪਹਿਲੇ ਜਿਹੜੇ 17 ਜੁਲਾਈ ਵਾਲੇ ਜਿਸ ਤੇ ਆਪਾਂ ਨੇ ਬਾਰ ਬਾਰ ਚਰਚਾ ਕੀਤੀ ਕਿ 17 ਜੁਲਾਈ ਉਹੀ ਬੱਚੇ ਚੇਂਜ ਕਰ ਸਕਦੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਦਾ ਜਿਹੜਾ ਡਿਊਰੇਸ਼ਨ ਹੈਗਾ ਕੈਸ ਦਾ ਡਿਊਰੇਸ਼ਨ ਹੈਗਾ ਜਾਂ ਜਿਹੜੀ ਆਪਣੀ ਸਟੱਡੀ ਹੈ ਉਹ ਕੰਪਲੀਟ ਕੀਤੀ ਅਦਰਵਾਈਜ਼ ਤੁਸੀਂ ਸਵਿਚ ਨਹੀਂ ਕਰ ਸਕਦੇ ਬਾਰ ਬਾਰ ਸੋਸ਼ਲ ਮੀਡੀਆ ਤੋਂ ਇਸ TV ਚੈਨਲ ਤੋਂ ਹਰ ਜਗ੍ਹਾ 'ਤੇ ਕਹੀਦਾ ਕਿ ਫਸਿਓ ਨੇ ਅਗਰ ਤੁਹਾਡੀ ਸਟੱਡੀ ਕੰਪਲੀਟ ਨਹੀਂ ਹੁੰਦੀ ਤਾਂ ਤੁਸੀਂ ਅੱਗੇ ਵਧਣ ਦਾ ਬਿਲਕੁਲ ਨਾ ਸੋਚਿਓ ਈਵਨ ਤੁਸੀਂ ਬ੍ਰਿਟਿਸ਼ ਸਿਰਫ ਬ੍ਰਿਟਿਸ਼ ਨਾਲ ਸ਼ਾਦੀ ਕਰਕੇ ਜਾਂ ਕਿਸੇ ਪੱਕੀ ਕੁੜੀ ਨਾਲ ਸ਼ਾਦੀ ਕਰਕੇ ਹੀ ਤੁਸਾਂ ਦਾ ਕੋਈ ਅੱਗੇ ਰਸਤਾ ਬਣੂਗਾ ਪੱਕੇ ਹੋਣੇ ਦਾ ਅਦਰਵਾਈਜ਼ ਤੁਸੀਂ ਜਾਂ ਵਾਪਸ ਜਾਓਗੇ ਜਾਂ ਕਿਸੇ ਹੋਰ ਕੰਟਰੀ ਵਿੱਚ ਜਾਣ ਦਾ ਤੁਸੀਂ ਸੋਚਣਾ ਸ਼ੁਰੂ ਕਰ ਦਿਓ ਪਲੈਨਿੰਗ ਕਰਨਾ ਸ਼ੁਰੂ ਕਰ ਦਿਓ ਅਗਰ ਤੁਸੀਂ ਇੰਡੀਆ ਵਿੱਚ ਹੋ ਜਾਂ ਆਪਣੇ ਦੇਸ਼ 'ਚ ਬੈਠੇ ਹੋ ਜਾਂ ਪਾਕਿਸਤਾਨ ਬੰਗਲਾਦੇਸ਼ ਨਾਈਜੀਰੀਆ ਜਿੱਥੇ ਵੀ ਬੈਠੇ ਹੋ ਤਾਂ ਤੁਸੀਂ ਆਉਣ ਤੋਂ ਪਹਿਲੇ ਇਹ ਸਾਰੀ ਸਾਰੀ ਭਰਪੂਰ ਤਿਆਰੀ ਕਰਕੇ ਆਉਣਾ ਠੀਕ ਹੈ ਕਿਉਂਕਿ ਹੋਮ ਆਫਿਸ ਨੇ ਇਹ ਪ੍ਰੋਗਰਾਮ ਦੇ ਦੂਸਰੇ ਹਿੱਸੇ 'ਚ ਅੱਜ ਗੱਲ ਕਰਾਂਗੇ ਕਿ ਜਿਹੜੇ ਇਨਫੋਰਸਮੈਂਟ ਦੇ ਜਿਹੜੇ ਛਾਪੇ ਮਾਰ ਰਹੀ ਆ ਉੱਥੇ ਅੱਜ ਗੱਲ ਲਾਜ਼ਮੀ ਕਰਨੀ ਆ ਕਿਉਂਕਿ ਇਸ ਤੇ ਅਸੀਂ ਆਉਂਦੇ ਹਾਂ ਇਸੇ ਅਗਲੇ ਸਵਾਲ ਤੋਂ ਬਾਅਦ ਕਿਉਂਕਿ ਜਨਵਰੀ ਤੋਂ ਇਹ ਛਾਪੇ ਹੋਰ ਤੇਜ਼ ਹੋਣੇ ਹੋਮ ਆਫਿਸ ਦੇ ਨਵੀਂ ਬੰਦੇ ਭਰਤੀ ਕਰ ਰਹੀ ਆ ਇਨਫੋਰਸਮੈਂਟ ਆਫਿਸਰ ਭਰਤੀ ਕਰ ਰਹੀ ਆ ਕਮਿਊਨਿਟੀ ਵਿੱਚ ਉਹਨਾਂ ਬੰਦੇ ਛੋੜੇ ਪਏ ਉਹ ਬੰਦੇ ਜਿਹੜੇ ਕਮਿਊਨਿਟੀ ਦੇ ਜਿਹੜੇ ਆਫਿਸਰ ਉਹ ਨਿਸ਼ਾਨਦੇਹੀਆਂ ਕਰ ਰਹੇ ਕਿ ਇਸ ਸ਼ੋਪ ਵਿੱਚ ਇਸ ਬਿਜ਼ਨਸ ਵਿੱਚ ਜਾਂ ਇਸ ਥਾਂ 'ਤੇ ਉਹਨਾਂ ਨੂੰ ਸ਼ੱਕ ਆ ਕਿ ਜਿਹੜੇ ਵਿਅਕਤੀ ਹੈਗੇ ਉਹਨਾਂ ਕੋਲ ਕਾਗਜ਼ ਪੱਤਰ ਠੀਕ ਨਹੀਂ ਹੈਗੇ ਅਤੇ ਸਟੂਡੈਂਟ ਵਾਸਤੇ ਇਹ ਆਪਾਂ ਗੱਲ ਇੱਥੇ ਕਰਦੇ ਹਾਂ ਜਦੋਂ ਸਵਾਲ ਆਏਗਾ ਤਾਂ ਆਪਾਂ ਚਲਾਵਾਂਗੇ ਕੋਈ ਨਾ ਕੋਈ ਆਪਣਾ ਵੈਸੇ ਵੀ ਕੋਈ ਕਾਲ ਆਵੇਗੀ ਜਾਂ ਕੁਛ ਆਪਣਾ ਵੈਸੇ ਦਰਸ਼ਕਾਂ ਨੂੰ ਦੱਸਦੇ ਜਾਈਏ ਜਿਵੇਂ ਕਿ ਆਪਣਾ ਪ੍ਰੋਗਰਾਮ ਥੋੜ੍ਹਾ ਜਿਹਾ 1 ਘੰਟਾ ਐਡਵਾਂਸ ਹੋ ਗਿਆ ਅੱਜ ਸੋ ਉਹਦੇ ਲਈ ਮਾਫੀ ਚਾਹੁੰਦੇ ਹਾਂ ਕਿ ਫਿਰ ਵੀ ਅਸੀਂ ਸੋਸ਼ਲ ਮੀਡੀਆ 'ਤੇ ਦੱਸ ਦਿੱਤਾ ਸੀਗਾ ਕਿ ਜਿਹੜਾ ਪ੍ਰੋਗਰਾਮ ਆ 6 ਵਜੇ ਸਟਾਰਟ ਹੋਣਾ ਸੋ ਅੱਜ ਕੁਛ ਤਕਨੀਕੀ ਕਾਰਨ ਕਰਕੇ ਸਾਨੂੰ ਜਿਹੜਾ ਪ੍ਰੋਗਰਾਮ ਆ ਸਾਨੂੰ 6 ਵਜੇ ਕਰਨਾ ਪਿਆ 1 ਘੰਟਾ ਪਹਿਲਾਂ ਸੋ ਜਿਸਨੇ ਵੀ ਕੋਈ ਵੀ ਸਵਾਲ ਕਿਸੇ ਤਰ੍ਹਾਂ ਦਾ ਵੀ ਸਟੂਡੈਂਟ ਇਮੀਗ੍ਰੇਸ਼ਨ ਪ੍ਰਤੀ ਜਾਂ ਕੋਈ ਵੀ ਇਮੀਗ੍ਰੇਸ਼ਨ ਨਾਲ ਜੁੜਿਆ ਸਵਾਲ ਤੁਸੀਂ ਕਰਨਾ ਹੋਵੇ ਤਾਂ ਸ਼ੋਅ ਵਿੱਚ ਕਾਲ ਕਰਕੇ ਤੁਸੀਂ ਕਰ ਸਕਦੇ ਹੋ ਸੋ
ਹੁਣ ਜਵੀਰ ਸਾਹਿਬ ਸਾਨੂੰ ਇਹ ਦੱਸੋ ਵੀਰ ਜੀ ਕਿ ਇਹੀ ਆਪਾਂ ਇਸ ਸਵਾਲ ਤੇ ਆਪਾਂ ਆ ਜਾਂਦੇ ਆ ਜਿਹੜੇ ਆਪਾਂ ਇਮੀਗ੍ਰੇਸ਼ਨ ਦਾ ਜਿਹੜਾ ਛਾਪੇਮਾਰੀ ਦਾ ਕਹਿ ਸਕਦੇ ਹਾਂ ਕਿ ਇਹ ਇਹਨਾਂ ਦਾ ਕੀ ਆ ਹੁਣ ਕੀ ਕਰਨਾ ਚਾਹੁੰਦੇ ਆ ਬਿਲਕੁਲ ਬਾਜੀ ਇਹ ਜਿੰਨਾ ਸਟੂਡੈਂਟ ਦਾ ਮੁੱਦਾ ਇੰਪੋਰਟੈਂਟ ਹੈਗਾ ਜਿੰਨਾ ਵਰਕ ਪਰਮਿਟ ਦਾ ਜਿਹੜਾ ਟੌਪਿਕ ਇੰਪੋਰਟੈਂਟ ਹੋਗਾ ਉਤਨਾ ਇੰਪਲੋਇਰ ਵੀ ਇੰਪੋਰਟੈਂਟ ਹੋਗਾ ਇੰਪਲੋਇਰ ਵੀ ਬਿਲਕੁਲ ਕਿਉਂਕਿ ਇੰਪਲੋਇਰ ਦੇ ਲਾਇਸੈਂਸ ਦਿੱਤੇ ਬਗੈਰ ਇੰਪਲੋਇਰ ਦੇ ਸਪੌਂਸਰ ਲਾਇਸੈਂਸ ਦਿੱਤੇ ਬਗੈਰ ਉਹ ਅੱਗੇ ਵਰਕ ਪਰਮਿਟ ਦੇ ਨਹੀਂ ਸਕਦੇ ਇਹ ਜੋ ਇਹ ਸ਼ਾਦੀ ਕਰਨ ਵਾਸਤੇ ਲੜਕਾ ਲੜਕੀ ਚੋਂ ਦੋਨਾਂ ਦਾ ਹੋਣਾ ਜ਼ਰੂਰੀ ਆ ਵਰਕ ਪਰਮਿਟ ਲੈਣ ਵਾਸਤੇ ਇੰਪਲੋਇਰ ਦਾ ਔਰ ਇੰਪਲਾਈ ਦਾ ਦੋਨਾਂ ਦਾ ਹੋਣਾ ਜ਼ਰੂਰੀ ਆ ਠੀਕ ਆ ਇੰਪਲੋਇਰ ਜਿਹੜਾ ਹੋਊਗਾ ਓਬਵੀਅਸਲੀ ਉਸ ਕੋਲ ਸਪੌਂਸਰ ਲਾਇਸੈਂਸ ਹੋਏਗਾ ਔਰ ਇੰਪਲਾਈ ਜਿਹੜਾ ਹੋਏਗਾ ਪਰ ਇਹ ਸਟੂਡੈਂਟ ਹੋਏਗਾ ਜਾਂ ਕਿਸੇ ਹੋਰ ਵੀਜ਼ਾ ਕੈਟੇਗਰੀ 'ਤੇ ਹੋਊਗਾ ਅਗਰ ਦੋਨੋਂ ਦਾ ਓਬਵੀਅਸਲੀ ਕੰਬੀਨੇਸ਼ਨ ਹੋਏਗਾ ਤਾਂ ਉਦੋਂ ਵਰਕ ਪਰਮਿਟ ਲੱਗੂਗਾ ਅਤੇ ਹੁਣ ਇੰਪਲੋਇਰਾਂ 'ਤੇ ਗੱਲ ਕਰਦੇ ਹਾਂ ਕਿ ਹੋਮ ਆਫਿਸ ਦੇ ਨਿਗਾਹ ਵਿੱਚ ਉਹਨਾਂ ਦੇ ਨੌਲੇਜ 'ਚ ਇਹ ਗੱਲ ਆ ਗਈ ਆ ਕਿ ਇੰਪਲੋਇਰ ਜਿਹੜੇ ਹੈਗੇ ਉਹ ਇਸ ਸਪੌਂਸਰ ਲਾਇਸੈਂਸ ਦੀ ਜਿਹੜੀ ਸਹੂਲਤ ਹੈ ਜਿਹੜੀ ਇਸ ਵਾਸਤੇ ਦਿੱਤੀ ਗਈ ਸੀ ਬ੍ਰੈਕਸਿਟ ਤੋਂ ਬਾਅਦ ਕਿ ਤੁਸੀਂ ਇਸ ਕੰਟਰੀ ਵਿੱਚ ਆਪਣੇ ਇੰਪਲੋਈ ਦੇ ਘਾਟੇ ਦੀ ਵਜ੍ਹਾ ਤੋਂ ਬਿਜ਼ਨਸ ਬੰਦ ਨਾ ਕਰਨਾ ਬਿਲਕੁਲ ਜੀ ਠੀਕ ਆ ਔਰ ਆਪਣੀ ਜਿਹੜੀ ਸਕਿੱਲ ਆ ਜਿਹੜੀ ਲੇਬਰ ਦੀ ਸ਼ੋਰਟੇਜ ਹੈਗੀ ਆ ਜੈਨੂਇਨ ਜਿਹੜੀ ਸ਼ੋਰਟੇਜ ਹੈਗੀ ਆ ਉਹ ਪੂਰੀ ਰੱਖੋ ਤੁਸੀਂ ਅਤੇ ਇਸ ਵਾਸਤੇ ਹੋਮ ਆਫਿਸ ਨੇ ਬੜੀ ਢਿੱਲ ਦਿੱਤੀ ਸੀ ਔਰ ਦਿਨ ਰਾਤ ਇਹਨਾਂ ਨੂੰ ਇੰਪਲੋਇਰਾਂ ਨੂੰ ਬਿਜ਼ਨਸਿਸ ਨੂੰ ਸਪੌਂਸਰ ਲਾਇਸੈਂਸ ਦਿੱਤੇ ਲੇਕਿਨ ਕਿਉਂਕਿ ਸ਼ੇਰ ਦੇ ਮੂੰਹ ਨਾਲ ਜਿੱਥ ਖੂਨ ਲੱਗਣੇ ਦੀ ਗੱਲ ਹੈਗੀ ਆ ਇੰਪਲੋਇਰਾਂ ਨੂੰ ਵੀ ਚਸਕਾ ਪੈ ਗਿਆ ਚਲੋ ਬੰਦੇ ਵੀ ਆ ਰਹੇ ਪੈਸੇ ਵੀ ਆ ਰਹੇ ਵਟਐਵਰ ਔਰ ਅਸੀਂ ਜੋ ਕਰਨਾ ਚਾਹੀਏ ਆਲ ਇਨ ਆਲ ਲੱਗੇ ਲੇਕਿਨ ਹੋਮ ਆਫਿਸ ਨੂੰ ਇਸ ਗੱਲ ਦਾ ਨੌਲੇਜ ਹੈਗਾ ਜਾਂ ਉਹਨਾਂ ਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਹੈਗੀ ਆ ਕਿ ਇੰਪਲੋਇਰ ਆਪਣੇ ਇਸ ਅਧਿਕਾਰ ਦਾ ਸਪੌਂਸਰ ਲਾਇਸੈਂਸ ਮਿਲਣ ਦੀ ਜਿਹੜੀ ਪਾਵਰ ਦਾ ਗਲਤ ਇਸਤੇਮਾਲ ਕਰ ਰਹੇ ਹਾਂਜੀ ਅਤੇ ਉਹ ਕੀ ਕਰ ਰਹੇ ਇਹਨਾਂ ਇੰਪਲੋਇਰਾਂ 'ਤੇ ਆਹਿਸਤਾ ਆਹਿਸਤਾ ਆਪਣੀ ਜਿਹੜੀ ਸਕਰੂਟਨੀ ਹੈਗੀ ਆ ਜਿਹੜੇ ਆਪਣੇ ਚੈੱਕਸ ਐਂਡ ਬੈਲੈਂਸ ਹੈਗੇ ਉਹ ਤੇਜ਼ ਕਰਨ ਅਤੇ ਇਸ ਵਾਸਤੇ ਇੰਪਲੋਇਰਾਂ ਨੂੰ ਇਹ ਕਹੀਦਾ ਜਿੱਥੇ ਵਕੀਲ ਹੋ ਕੇ ਆਪਾਂ ਕਹੀਦਾ ਬਿਜ਼ਨਸਿਸ ਨੂੰ ਸਪੌਂਸਰ ਲਾਇਸੈਂਸ ਅਪਲਾਈ ਕਰੋ ਨਾਲੋਂ ਨਾਲ ਇਹ ਵੀ ਕਹੀਦਾ ਕਿ ਸਪੌਂਸਰ ਲਾਇਸੈਂਸ ਲੈਣਾ ਬਹੁਤ ਵੱਡੀ ਗੱਲ ਨਹੀਂ ਹੈਗੀ ਆ ਸਪੌਂਸਰ ਲਾਇਸੈਂਸ ਲੈ ਕੇ ਉਹਨੂੰ 5 ਸਾਲ ਜਾਂ 4 ਸਾਲ ਤੱਕ ਸੰਭਾਲ ਕੇ ਚਲਾਉਣਾ ਉਹ ਉਸ ਤੋਂ ਵੱਡੀ ਗੱਲ ਹੈਗੀ ਆ ਇਸ ਵਾਸਤੇ ਹੋਮ ਆਫਿਸ ਜਿਹੜਾ ਇਹਦਾ ਅਪੈਂਡਿਕਸ ਇਹ ਹੁੰਦਾ ਕਿ ਜਿਸ ਵਿੱਚ ਤੁਸਾਂ ਨੇ ਇੰਪਲਾਇਰ ਨੂੰ ਦੱਸਿਆ ਗਿਆ ਹੁੰਦਾ ਕਿ ਤੁਸੀਂ ਜਿਹੜੇ ਬੰਦੇ ਭਰਤੀ ਕਰੋਗੇ ਉਹ ਕਿਸੇ ਪ੍ਰੋਪਰ ਚੈਨਲ ਨਾਲ ਤੁਸੀਂ ਰਿਕਰੂਟ ਕਰੋ ਭਰਤੀ ਕਰੋ ਬੰਦੇ ਠੀਕ ਆ ਬਿਲਕੁਲ ਦੂਜਾ ਉਹਨਾਂ ਨੂੰ ਕਹੀਦਾ ਕਿ ਜਿਹੜੇ ਬੰਦੇ ਤੁਸੀਂ ਭਰਤੀ ਕਰੋਗੇ ਉਹਨਾਂ ਨੂੰ ਜਿਸ ਸ਼ਰਤਾਂ 'ਤੇ ਜੌਬ ਦਿੱਤੀ ਆ ਉਹਨਾਂ ਦੀ ਜਿਹੜੀ ਤਨਖਾਹ ਦਿੱਤੀ ਆ ਉਹਨਾਂ ਦੀ ਜਿਹੜੀ ਡਿਊਟੀ ਦਿੱਤੀ ਆ ਉਹਨਾਂ ਨੂੰ ਜਿਹੜਾ ਤੁਸੀਂ ਕੰਮ ਲਾਇਆ ਮੇਕ ਸ਼ੋਰ ਕਰੋ ਉਹ ਉਹੀ ਕੰਮ ਉਹੀ ਡਿਊਟੀਆਂ ਉਹੀ ਤਨਖਾਹ ਉਹਨਾਂ ਨੂੰ ਮਿਲੇ ਅਤੇ ਤੀਜੀ ਗੱਲ ਇਹ ਆਖੀ ਆ ਕਿ ਜਾਣ ਬੁੱਝ ਕੇ ਤੁਸੀਂ ਇਸ ਰਸਤੇ ਨੂੰ ਹਿਊਮਨ ਸਮਗਲਿੰਗ ਵਾਸਤੇ ਜਾਂ ਕਿਸੇ ਹੋਰ ਮਕਸਦ ਵਾਸਤੇ ਯੂਜ਼ ਨਾ ਕਰਨਾ ਕਿ ਤੁਸੀਂ ਆਪਣੇ ਰਿਸ਼ਤੇਦਾਰ ਦੋਸਤ ਯਾਰ ਆਪਣੇ ਦੇਸ਼ਾਂ ਤੋਂ ਬੁਲਾਓ ਜੀ ਤੁਸੀਂ ਉਹਨਾਂ ਬੰਦੇ ਨੂੰ ਬੁਲਾਓ ਜਿਨ੍ਹਾਂ ਵਾਸਤੇ ਤੁਸਾਂ ਕੋਲ ਜੈਨੂਇਨ ਵੇਕੈਂਸੀ ਜਾਂ ਜੈਨੂਇਨ ਜੌਬ ਹੈਗੀ ਅਤੇ ਹੋਮ ਆਫਿਸ ਦੇ ਓਬਵੀਅਸਲੀ ਜਿੱਥੇ ਅੱਛੀ ਚੀਜ਼ਾਂ ਹੁੰਦੀਆਂ ਉੱਥੇ ਮਾੜੀਆਂ ਵੀ ਹੁੰਦੀਆਂ ਅਤੇ ਉਹਨਾਂ ਨੂੰ ਪਤਾ ਕਿ ਇਹ ਚੀਜ਼ਾਂ ਹੁਣ ਬਹੁਤ ਤੇਜ਼ੀ ਦੇ ਨਾਲ ਚੱਲ ਰਹੀਆਂ ਅਤੇ ਉਹਨਾਂ ਨੇ ਆਹਿਸਤਾ ਆਹਿਸਤਾ ਜਨਵਰੀ ਤੋਂ ਬਾਅਦ ਇੰਪਲੋਇਰਾਂ 'ਤੇ ਜਿਹੜਾ ਫਾਈਨ ਹੁੰਦਾ ਸੀ 10 ਤੋਂ 20 ਹਜ਼ਾਰ ਪਾਉਣ ਉਹ 40 ਤੋਂ 60 ਹਜ਼ਾਰ ਪਾਉਣ ਕਰ ਦਿੱਤਾ ਇਸੇ ਵਾਸਤੇ ਕਿ ਇੰਪਲੋਇਰਾਂ ਨੂੰ ਮਜ਼ੀਦ ਡਰਾ ਕੇ ਰੱਖਣ ਤਾਂ ਕਿ ਉਹ ਇਸ ਗਲਤ ਕੰਮ ਤੋਂ ਜਾਂ ਇਹਨਾਂ ਸ਼ਰਤਾਂ ਨੂੰ ਬ੍ਰੀਚ ਨਾ ਕਰਨ ਅਤੇ ਇਸ ਵਾਸਤੇ ਇੰਪਲੋਇਰਾਂ ਨੂੰ ਹਾਲੀ ਤੋਂ ਕਹੀਦਾ ਕਿ ਤੁਸੀਂ ਹੁਣੇ ਤੋਂ ਆਪਣੀ ਪ੍ਰਿਪਰੇਸ਼ਨ ਰੱਖੋ ਆਪਣੇ ਜਿਹੜਾ ਆਡਿਟ ਆ ਆਪਣੇ ਜਿਹੜੇ ਰੂਲ ਰੈਗੂਲੇਸ਼ਨ ਹੈਗੇ ਸਪੌਂਸਰ ਲਾਇਸੈਂਸ ਦੇ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਪੂਰਾ ਰੱਖੋ ਤਾਂ ਕਿ ਹੋਮ ਆਫਿਸ ਜਾਂ ਇਨਫੋਰਸਮੈਂਟ ਇਮੀਗ੍ਰੇਸ਼ਨ ਇਨਫੋਰਸਮੈਂਟ ਵਾਲੇ ਅਗਰ ਤੁਸਾਂ ਦੇ ਦਰਵਾਜ਼ੇ ਦੇ ਕੱਲ੍ਹ ਆਵਣ ਤਾਂ ਤੁਸੀਂ ਉਹਨਾਂ ਨੂੰ ਅੱਖਾਂ 'ਚ ਅੱਖਾਂ ਪਾ ਕੇ ਜਾਂ ਆਪਣੀ ਜਿਹੜੀ ਬੁੱਕਸ ਆਪਣੀ ਕਾਪੀਆਂ ਆਪਣਾ ਜਿਹੜਾ ਹੈ ਚਾਰ ਦਾ ਡਿਪਾਰਟਮੈਂਟ ਆ ਉਹ ਬਿਲਕੁਲ ਉਹਨਾਂ ਨੂੰ ਕਲੀਅਰ ਦੱਸੋ ਕਿ ਇਹ ਇਹ ਰੂਲਸ ਹਨ ਅਸੀਂ ਇਹਨਾਂ ਨੂੰ ਫੋਲੋ ਕੀਤਾ ਤਾਂ ਕਿ ਤੁਹਾਨੂੰ ਕੋਈ ਫਾਈਨ ਜਾਂ ਕੋਈ ਹੈਵੀ ਜੁਰਮਾਨਾ ਨਾ ਪਵੇ ਜਦੋਂ ਫਾਈਨ ਜਾਂ ਜੁਰਮਾਨਾ ਪੈਂਦਾ ਭਾਜੀ ਨਾਲ ਨਾਲ ਜੁਰਮਾਨਾ ਤਾਂ ਹੁੰਦਾ ਤੁਹਾਨੂੰ ਦਾ ਲਾਇਸੈਂਸ ਵੀ ਉਹ ਰਿਵੋਕ ਕਰ ਦਿੰਦੇ ਜਾਂ ਸਸਪੈਂਡ ਕਰਦੇ ਉਸਦੇ ਫਿਰ ਆਪਣੇ ਬੜੇ ਨੁਕਸਾਨ ਲੱਗੇ ਸਭ ਤੋਂ ਵੱਡਾ ਨੁਕਸਾਨ ਹੈ ਕਿ ਤੁਹਾਨੂੰ ਫਾਈਨੈਂਸ਼ੀਅਲੀ ਉਹਦੀ ਪੈਨਲਟੀ ਦੇਣੀ ਪੈ ਜਾਂਦੀ ਆ ਜਿਹੜੀ ਕਿ ਬਹੁਤ ਜ਼ਿਆਦਾ ਹੁੰਦੀ ਆ ਪਹਿਲੇ ਉਹ 20 ਹਜ਼ਾਰ ਸੀ ਅਤੇ ਹੁਣ 45 ਹਜ਼ਾਰ ਤੋਂ ਲੈ ਕੇ 60 ਹਜ਼ਾਰ ਤੱਕ ਕਰ ਦਿੱਤੀ ਠੀਕ ਆ ਦੂਜੀ ਗੱਲ ਤੁਸੀਂ ਉਸ ਸਟਾਫ ਤੋਂ ਵੀ ਜਾਣ ਆ ਤਾਂ ਤੁਸੀਂ ਤੋਂ ਬੈਠੋਗੇ ਕਿਉਂਕਿ ਸਟਾਫ ਨੂੰ ਤੁਸੀਂ ਵੀ ਰੱਖ ਨਹੀਂ ਸਕਦੇ ਠੀਕ ਆ ਸਟਾਫ ਦੀ ਬੱਚਤ ਤਾਂ ਫਿਰ ਵੀ ਹੋ ਜਾਊਗੀ ਹੁਣ ਪ੍ਰੋਗਰਾਮ ਦਾ ਦੂਸਰਾ ਹਿੱਸਾ ਹੈ ਤੀਸਰੇ ਹਿੱਸੇ 'ਚ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹਨਾਂ ਸਪੌਂਸਰ ਦੇ ਲਾਇਸੈਂਸ ਜਿਹੜੇ ਆ ਕੈਂਸਲ ਹੋ ਜਾਂਦੇ ਮੰਨ ਲਓ ਆਪਾਂ ਜੀ ਕੈਂਸਲ ਹੋ ਗਿਆ ਪਰ ਉਹ ਉਹਨਾਂ ਨੂੰ ਫਿਰ ਬਚਾਉਣ ਵਾਸਤੇ ਜਿੱਦਾਂ ਜਿਵੇਂ ਕਿ ਤੁਸੀਂ ਦੱਸਿਆ ਕਿ ਆਹ ਸ਼ਰਤਾਂ ਪੂਰੀਆਂ ਉਹਨਾਂ ਦੀਆਂ ਕਰਨੀਆਂ ਪੈਣੀਆਂ ਜੀ ਸੋ ਜਿਹੜੇ ਸਪੌਂਸਰ ਦੇ ਲਾਇਸੈਂਸ ਆਪਣੇ ਜਿਹੜੇ
ਜਿਹੜੇ ਰੀਜਨਲ ਬੰਦੇ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਉਹ ਤਾਂ ਰੱਖਣਗੇ ਹੈ ਨਾ, ਜਿਵੇਂ ਜੀ ਕਿ ਜਿਹੜੇ ਆਪਣੇ ਪੰਜਾਬ ਤੋਂ ਬੁਲਾਉਂਦੇ ਆ ਜਾਂ ਜਿਹੜੇ ਇੰਪਲਾਇਰ ਨੂੰ ਬੁਲਾਉਂਦੇ ਆ ਇੱਥੇ ਆ ਕੇ, ਸਹੀ ਆ ਜਿਹੜੇ ਉਹ ਤਾਂ ਸਹੀ ਆ, ਪਰ ਜਿਨ੍ਹਾਂ ਵਿੱਚ ਇਹਦੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਉਹ ਕਹਿ ਦਿੰਦੇ ਆ ਕਿ ਕਮੀ ਕੰਮ ਪੇਸ਼ੀ ਹੁੰਦੀ ਅਸੀਂ ਆ। ਕਮੀ ਪੇਸ਼ੀ ਹੁੰਦੀ ਹੈ ਜਾਂ ਤੁਸੀਂ ਕੰਮ ਤੁਹਾਨੂੰ ਅਸੀਂ ਦੇ ਦਿੱਤਾ ਕੰਮ, ਤੁਸੀਂ ਭਾਵੇਂ ਪਰਲੇ ਕਰ ਲਓ ਸਾਡੇ ਅਕਾਊਂਟ ਵਿੱਚ ਪੈਸੇ ਰੱਖ ਦਿਓ। ਸੋ ਇਹ ਵੀ ਇੱਕ ਫੇਕ ਜਿਹੜੀ ਹੈਗੀ ਵਿੱਚ ਬਿਲਕੁਲ ਬਾਜੀ ਬਹੁਤ ਚੱਲ ਰਹੀ ਆ। ਇਹ ਵੀ ਬਹੁਤ ਚੱਲ ਰਹੀ ਆ ਔਰ ਪਿੱਛੇ ਲਾਈਕ ਆਈ ਸੈਡ ਕਿ ਆਪਾਂ ਐਜ਼ ਅ ਵਕੀਲ ਸਾਡੇ ਕੋਲ ਬਹੁਤ ਪਿਛਲੇ ਬੰਦੇ ਆਏ ਫੜੇ ਗਏ ਫੈਕਟਰੀਆਂ ਦੇ ਛਾਪੇ ਪਏ, ਉਸ ਵਿੱਚੋਂ ਬਹੁਤ ਸਾਰੇ ਮੁੰਡੇ ਉਹ ਫੜੇ ਗਏ ਜਿਨ੍ਹਾਂ ਦਾ ਸਪੌਂਸਰ ਲਾਇਸੈਂਸ ਕਿਸੇ ਹੋਰ ਕੰਪਨੀ ਤੋਂ ਇਸ਼ੂ ਹੋਇਆ ਸੀ ਔਰ ਕੰਮ ਉਹ ਕੈਸ਼ ਆਨ ਕਿਸੇ ਹੋਰ ਕਰ ਰਹੇ ਸਨ, ਉਹ ਫੜ ਕੇ ਲੈ ਗਏ ਉਹਨਾਂ ਨੂੰ। ਉਸ ਤੋਂ ਬਾਅਦ ਉਹਨਾਂ ਦੀ ਇਨਵੈਸਟੀਗੇਸ਼ਨ ਹੋਊਗੀ, ਜਿਹਨਾਂ ਕੰਪਨੀਆਂ ਨੇ ਵਰਕ ਪਰਮਿਟ ਦਿੱਤੇ ਉਹਨਾਂ ਦੇ ਮਗਰ ਜਾਵਣਗੇ, ਕੰਪਨੀ ਦਾ ਲਾਇਸੈਂਸ ਵੀ ਜਾਊਗਾ ਅਤੇ ਬੱਚੇ ਦਾ ਇਸ ਸਟੂਡੈਂਟ ਦਾ ਵਰਕ ਪਰਮਿਟ ਵੀ ਜਾਂਦਾ ਰਹੂਗਾ। ਅਤੇ ਇਸ ਵਾਸਤੇ ਇੰਪਲਾਇਰਾਂ ਨੂੰ ਕਹੀਦਾ ਕਿ ਆਰਾਮ ਸਕੂਨ ਨਾਲ ਤੁਸੀਂ ਚਲੋ, ਕੋਈ ਜਲਦੀ ਨਾ ਕਰੋ, ਠੀਕ ਆ, ਕਿਉਂਕਿ ਇਹ ਜਿਹੜੇ ਬੱਚੇ ਜਾਂ ਇਹ ਜਿਹੜੇ ਬੰਦੇ ਤੁਹਾਨੂੰ ਕੋਲ ਕੰਮ ਕਰਦੇ ਇਹ 5-7 ਸਾਲ 5 ਸਾਲ ਘੱਟੋ ਘੱਟ ਤੁਸੀਂ ਨਾਲ ਹੀ ਚੱਲਣਗੇ ਔਰ 5 ਸਾਲ ਤੱਕ ਤੁਹਾਨੂੰ ਖਿਲਾਉਂਦੇ ਰਹਣਗੇ, ਅਤੇ ਇਹਨਾਂ ਨੂੰ ਤੁਸੀਂ ਕੰਮ ਥੋੜ੍ਹਾ ਬਹੁਤਾ ਸਿਖਾਓ, ਅਗਰ ਉਹਨਾਂ ਨੂੰ ਥੋੜ੍ਹਾ ਬਹੁਤਾ ਨਹੀਂ ਆਉਂਦਾ ਜਦੋਂ ਸਿੱਖ ਜਾਵਣਗੇ ਤੇਰਾ 5-7 ਸਾਲ ਘੱਟੋ ਘੱਟ 5 ਸਾਲ ਤੁਸੀਂ ਨਾਲ ਹੀ ਕੰਮ ਕਰਨਾ ਅਤੇ ਤੁਸੀਂ ਧੀਰੇ ਧੀਰੇ ਚਲੋ ਧੀਰੇ ਧੀਰੇ, ਨਾ ਕਿ ਤੁਸੀਂ ਅਗਰ ਤੁਹਾਨੂੰ ਕੋਲ 5 ਬੰਦਿਆਂ ਦੀ ਕਪੈਸਿਟੀ ਹੈ ਕਿ ਜਾਬ ਦੀ ਤੁਸੀਂ 50 ਬੁਲਾ ਲਓ, ਠੀਕ ਆ, ਅਤੇ ਉਸ ਲਾਲਚ ਹੀ ਤੁਸੀਂ ਲਾਇਸੈਂਸ ਤੋਂ ਵੀ ਜਾਂਦੇ ਰਹੋਗੇ ਔਰ ਆਪਣੇ ਜਿਹੜੇ ਬਿਜ਼ਨਸ ਜਿਹੜਾ ਜੈਨੂਅਲੀ ਓਪਰੇਟ ਕਰ ਰਿਹਾ ਉਹ ਵੀ ਤੁਹਾਡਾ ਘਾਟੇ ਚੱਲਣਾ ਸ਼ੁਰੂ ਹੋ ਜਾਏਗਾ ਜੀ। ਅਤੇ ਬਿਲਕੁਲ ਜੀ, ਜਵੇਰ ਸਾਹਿਬ ਨੇ ਸਿੱਧੀ ਸਪਸ਼ਟ ਗੱਲ ਇਹ ਵੀ ਕੀਤੀ ਆ ਅੰਪਲਾਇਰਾਂ ਵਾਸਤੇ ਵੀ ਚਲੋ ਆਪਾਂ ਸਟੂਡੈਂਟ ਵਾਸਤੇ ਵੀ ਗੱਲ ਕਰਦੇ ਹਾਂ ਜਾਂ ਕਿ ਵਰਕ ਪਰਮਿਟ ਵਾਲਿਆਂ ਵਾਸਤੇ ਵੀ ਗੱਲ ਕਰਦੇ ਹਾਂ ਕਿ ਉਹ ਉਹਨਾਂ ਨੂੰ ਬਹੁਤ ਜਿਹੜੀ ਆ ਧਿਆਨ ਨਾਲ ਚੱਲਣ ਦੀ ਲੋੜ ਹੈ, ਪਰ ਅੰਪਲਾਇਰਾਂ ਨੂੰ ਵੀ ਧਿਆਨ ਨਾਲ ਚੱਲਣ ਦੀ ਲੋੜ ਹੈ ਕਿਉਂਕਿ ਅੰਪਲਾਇਰ ਜਿਹੜੇ ਆ ਇਹਨਾਂ ਨੂੰ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇੰਨਾ ਜੁਰਮਾਨਾ ਹੋ ਸਕਦਾ ਜਾਂ ਉਹਨਾਂ ਨੂੰ ਕੋਈ ਕੋਈ ਵੀ ਪ੍ਰੋਬਲਮ ਅਗਾਂਹ ਜਿਹੜੀ ਆ ਨੈਕਸਟ ਆ ਸਕਦੀ ਆ। ਸੋ ਜ਼ਿਆਦਾ ਅੰਪਲਾਇਰਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਪ੍ਰੋਗਰਾਮ ਸੁਣਦੇ ਆ, ਉਹ ਵੀ ਸਾਡੇ ਵਰਗੇ ਸਾਡੇ 'ਚੋਂ ਹੀ ਹੁੰਦੇ ਆ, ਸਟੂਡੈਂਟ ਵੀ ਸਾਡੇ 'ਚੋਂ ਹੀ ਹੁੰਦੇ ਆ। ਸੋ ਬਿਲਕੁਲ ਇਹਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਆਪਾਂ ਨਾ ਕਿਸੇ ਨੂੰ ਫਸਾਈਏ ਅਤੇ ਨਾ ਫਸੀਏ ਇਸ ਕੰਮ ਵਿੱਚ ਕਿਸੇ ਵੀ ਇਦਾਂ ਦਾ ਕੋਈ ਜਿਹੜਾ ਗਲਤ ਕੰਮ ਕਰਕੇ। ਸੋ ਜਵੇਰ ਸਾਹਿਬ ਬਿਲਕੁਲ ਸਹੀ ਗੱਲ ਆ ਤੁਹਾਡੀ ਕਿ ਜਿਹੜੇ ਹੁਣ ਸਟੂਡੈਂਟ ਹੁਣ ਉਹਨਾਂ ਦਾ ਕੁਝ ਹੋ ਸਕਦਾ ਕਿ ਨਹੀਂ ਹੋ ਸਕਦਾ ਜਿਹਨਾਂ ਦੇ ਪੈਸੇ ਮਰ ਗਏ, ਕੋਈ ਕਾਨੂੰਨੀ ਜਾਂ ਕਿਸੇ ਕੋਲ ਜਾ ਕੇ ਆਪਾਂ ਜੇ ਉਹਨਾਂ ਨੂੰ ਕਹੀਏ ਕਿ ਅੱਛਾ ਦਰਵਾਜ਼ਾ ਖੜਕਾਉਣ ਕਿਸੇ ਚੀਜ਼, ਬੜੀ ਤੁਸੀਂ ਗੱਲ ਅੱਛੀ ਇਹ ਵੀ ਕੀਤੀ ਨਾਲੋਂ ਨਾਲ, ਕਿਉਂਕਿ ਦੇਖੋ ਜੀ ਇਹ ਆਪਾਂ ਵੈਸੇ ਆਪਾਂ ਤੁਸੀਂ ਵੀ ਦੇਖਦੇ ਹਾਂ, ਤੁਸੀਂ ਪੰਜਾਬ ਜਾ ਕੇ ਆਏ ਹਾਂ, ਦੋਨਾਂ ਪੰਜਾਬਾਂ ਵਿੱਚ ਤੁਸੀਂ ਗਏ ਹਾਂ ਬਿਲਕੁਲ, ਸੇ ਤੁਸੀਂ ਦੇਖਦੇ ਹਾਂ ਕਿ ਉੱਥੇ ਕਿਸ ਤਰ੍ਹਾਂ ਜਿਹੜੇ ਲੋਕ ਇੱਥੇ ਆਉਂਦੇ ਨੇ ਵਿਆਜ ਚੱਕ ਕੇ ਪੈਸੇ ਮਿਹਨਤ ਨਾਲ ਪੈਸੇ ਮਿਹਨਤ ਨਾਲ ਕਰਕੇ ਆਉਂਦੇ ਆ, ਵਿਆਜ ਚੱਕ ਕੇ ਕੋਈ ਪੈਲੀ ਵੇਚਦਾ ਜਾਂ ਕੁਛ ਵੀ ਕਰਦਾ ਕਿ ਸਾਡੀ ਜਿਹੜੀ ਆ ਜਿਹੜੀ ਲਾਈਫ ਜਿਹੜੀ ਆ ਕਾਂ ਸੁਖਾਲੀ ਹੋ ਜਾਵੇ। ਸੋ ਇਹਨਾਂ ਦਾ ਕੀ ਕਾਨੂੰਨੀ ਤੌਰ 'ਤੇ ਕੀ ਹੋ ਸਕਦਾ? ਅੱਛਾ ਭਾਜੀ, ਅੱਛਾ ਇਹ ਇੱਕ ਬੜੀ ਇੱਕ ਦਰਦਨਾਕ ਗੱਲ ਲੱਗੀ ਆ, ਜਿਹੜੇ ਬੱਚਿਆਂ ਦੇ ਪੈਸੇ ਮਾਰੇ ਜਾਂਦੇ ਜੀ ਇਹਨਾਂ ਨੂੰ ਉਹ ਬੰਦੇ ਏਜੰਟ ਜਿਹੜੇ ਵੀ ਮਾੜੇ ਬੰਦੇ ਅੱਗੇ ਉਹ ਨਾਲ ਨਾਲ ਇਹ ਵੀ ਧਮਕਾਉਂਦੇ, ਅਗਰ ਤੁਸੀਂ ਪੁਲਿਸ ਕੋਲ ਗਏ ਜਾਂ ਕਿਸੇ ਬੰਦੇ ਕੋਲ ਹੈਲਪ ਵਾਸਤੇ ਗਏ ਤਾਂ ਤੁਸਾਂ ਦੇ ਚੁੱਕ ਕੇ ਇੱਥੋਂ ਬਾਹਰ ਛੱਡ ਦੇਵਣਗੇ ਵਾਪਸ। ਅੱਛਾ ਜੀ, ਇਹ ਗੱਲ ਗਲਤ ਹੈਗੀ ਆ, ਠੀਕ ਆ। ਅਗਰ ਤੁਸਾਂ ਦੇ ਜੈਨੂਅਲੀ ਪੈਸੇ ਮਾਰੇ ਗਏ, ਜੈਨੂਅਲੀ ਜੈਨੂਅਲੀ ਦਾ ਮਤਲਬ ਕਿ ਤੁਸਾਂ ਨੂੰ ਜਿਸ ਫੀਸ ਜਿਹੜੀ ਸਰਵਿਸ ਵਾਸਤੇ ਪੈਸੇ ਤੁਸਾਂ ਉਸ ਬੰਦੇ ਨੂੰ ਦਿੱਤੇ ਉਹ ਸਰਵਿਸ ਤੁਹਾਨੂੰ ਨਹੀਂ ਦਿੱਤੀ ਗਈ ਜੀ, ਤਾਂ ਤੁਸੀਂ ਆਪਣਾ ਹੱਕ ਉਹਨਾਂ ਕੋਲ ਮੰਗ ਸਕਦੇ ਹੋ ਕਿ ਤੁਸੀਂ ਪੈਸੇ ਇਸ ਚੀਜ਼ ਦੇ ਚਾਰਜ ਕੀਤੇ ਪਰ ਇਹ ਚੀਜ਼ ਤੁਹਾਨੂੰ ਡਿਲੀਵਰ ਨਹੀਂ ਕੀਤੀ। ਅਤੇ ਤੁਸੀਂ ਅਗਰ ਤੁਹਾਡੇ ਨਾਲ ਫਰੋਡ ਹੋਇਆ ਧੱਕਾ ਹੋਇਆ ਤਾਂ ਤੁਸੀਂ ਆਫਕੋਰਸ ਸਭ ਤੋਂ ਪਹਿਲੇ ਕਿਸੇ ਚੰਗੇ ਵਕੀਲ ਕੋਲ ਜਾਓ ਜਿਹਨਾਂ ਨੂੰ ਇਸ ਕੰਮ ਦੀ ਸਮਝ ਹੈਗੀ ਆ, ਠੀਕ ਆ। ਵਕੀਲ ਦੇ ਨਾਲ ਨਾਲ ਉਹ ਫਿਰ ਵਕੀਲ ਅੱਗੋਂ ਗਾਈਡ ਕਰੂਗਾ ਕਿ ਤੁਸੀਂ ਪੁਲਿਸ ਕੋਲ ਵੀ ਜਾ ਸਕਦੇ ਹੋ ਜਾਂ ਹੋਮ ਆਫਿਸ ਨੇ ਇਸ ਕ੍ਰਾਈਮ ਨੂੰ ਡੀਲ ਕਰਨ ਵਾਸਤੇ ਸਪੈਸ਼ਲ ਬ੍ਰਾਂਚ ਇੱਕ ਆਫਿਸ ਜਾਂ ਕ੍ਰਾਈਮ ਯੂਨਿਟ ਵੀ ਬਣਾਇਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਨਹੀਂ ਪਤਾ ਜੀ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਠੀਕ ਆ। ਉਹਦੇ ਬਾਰੇ ਤੁਸੀਂ ਜਾਣਕਾਰੀ ਦੇ ਦਿਓ ਇਹਦੇ ਵਿੱਚ ਉਹ ਉਸੇ ਭਾਜੀ ਸਭ ਤੋਂ ਪਹਿਲੇ ਤੁਹਾਨੂੰ ਪਹਿਲੇ ਤਾਂ ਇਹ ਦੇਖਣਾ ਪਏਗਾ ਕਿ ਤੁਸਾਂ ਨਾਲ ਵਾਅਦਾ ਕੀ ਕੀਤਾ ਗਿਆ ਔਰ ਤੁਹਾਨੂੰ ਦਿੱਤਾ ਕੀ ਗਿਆ, ਦਿੱਤਾ ਗਿਆ, ਠੀਕ ਆ। ਸਭ ਤੋਂ ਪਹਿਲੇ ਤਾਂ ਚੀਜ਼ ਤਾਂ ਦੇਖਣਾ ਪਊਗਾ, ਠੀਕ ਹੈ। ਅਗਰ ਤੁਸਾਨੂੰ ਫਰਜ਼ ਕਰੋ ਕਿਸੇ ਨੂੰ 2,000 ਪਾਉਂਡ ਫੀਸ ਦਿੱਤੀ ਆ, ਠੀਕ ਆ, ਠੀਕ ਆ, ਜਾਂ 3,000 ਪਾਉਂਡ ਫੀਸ ਦਿੱਤੀ ਆ, ਜੋ ਵੀ ਦਿੱਤੀ ਆ, ਤੁਸਾਨੂੰ ਕੁਝ ਨਹੀਂ ਦਿੱਤਾ ਗਿਆ, ਬਦਲੇ ਵਿੱਚ ਇੱਕ ਝੂਠਾ ਲੈਟਰ ਪ੍ਰਿੰਟ ਕਰਕੇ ਦੇ ਦਿੱਤਾ ਗਿਆ, ਉਹ ਤਾਂ ਪੱਕਾ ਤੁਸੀਂ ਉਸ ਬੰਦੇ ਨੇ ਤੁਹਾਨੂੰ ਧੱਕਾ ਕੀਤਾ, ਠੀਕ ਆ, ਠੀਕ ਹੈ। ਅਗਰ ਉਸ ਬੰਦੇ ਨੇ ਤੁਹਾਡੇ ਕੋਲ 2-3,000 ਪਾਉਂਡ ਫੀਸ ਲਈ ਆ, ਕੁਝ ਟ੍ਰੇਨਿੰਗ ਦਿੱਤੀ ਆ ਜਾਂ ਕੁਝ ਸਰਵਿਸਿਜ਼ ਦਿੱਤੀਆਂ ਰਿਕਰੂਟਮੈਂਟ ਵਾਸਤੇ, ਫਿਰ ਤਾਂ ਚਲੋ ਇੱਕ ਸਮਝ ਲੱਗਦੀ ਆ ਕਿ ਉਸ ਬੰਦੇ ਨੇ ਤੁਹਾਨੂੰ ਬਦਲੇ ਵਿੱਚ ਕੋਈ ਸਰਵਿਸ ਦਾ ਜਿਹੜੀ ਤੁਸੀਂ ਮੰਗੀ ਸੀ ਜੋ ਵੀ ਤੁਹਾਨੂੰ ਮੰਗਾ ਸੀ ਉਹ ਦਿੱਤਾ, ਫਿਰ ਤਾਂ ਚਲੋ ਆਪਣਾ ਕੇਸ ਟੂ ਕੇਸ ਬੇਸਿਸ ਦੇਖ ਕੇ ਉਹਦਾ ਫਿਰ ਜਵਾਬ ਤਿਆਰ ਕਰਾਂਗੇ, ਉਸਦੇ ਖਿਲਾਫ਼ ਕਾਰਵਾਈ ਕਰਾਂਗੇ, ਠੀਕ ਆ।
जिहड़ी फेक चीज़ दित्ती गई आ, क्योंकि एक फेक चीज़ जिहड़ा खुद फ्रॉड चाहुंदा वह एक खुद क्रिमिनल ऑफेंस हैगा। फिर अगर वह बंदा बाय लॉ इमीग्रेशन की एडवाइस देने का उसको लाइसेंस नहीं हैगा, उस को अधिकार नहीं हैगा, वह खुद एक जुर्म कर रहा। सैक्शन 84 से क्लीयरली कहता कि जेडे बंद इमीग्रेशन की एडवाइस देने का अधिकार नहीं हैगा वह खुद एक जुर्म हैगा जी। उसके हुकूमत ने घट्टो घट सज़ा भी रखी आ, पेनल्टियां भी पाइया। इस वास्ते बार आ कही रिपीटडली कही कि तुम जो भी जाओ किसी इमीग्रेशन के द्वारे एडवाइस लैन सलाह लैन उस बंदे को जाओ जिसको लाइसेंस होवे या जिस को हुकूमत ने भले OIC का लाइसेंस होवे, OISC का लाइसेंस हो, भले SRA का लाइसेंस हो, भले बाहर की तरफों उस को परमिशन हो। इस तो अलावा जो बंदे काम करते हैं उन्होंने अधिकार ही नहीं आ, तो उन्होंने बच्चों को बचो, उन्होंने वैबसाइट से इन्फॉर्मेशन देखो, रिव्यू देखो। अच्छा जो ये पता लग जाऊ, ये स्टैबलिश हो जाऊ कि झूठा कॉस या तुसना धक्का होया, वकील को लाओ, वकील फिर अगर दसूगा या पुलिस ने रिपोर्ट करूगा, या पुलिस रिपोर्ट करने से पहले एक वार्निंग लैटर पाऊगा। ठीक है, अगर वो बंदा बिल्कुल ही नहीं मनता और दौरान उस बच्चे का उस स्टूडेंट का वीज़ा भी लंघ गया तो फिर सानू होम ऑफिस में भी दसना पएगा, कोई ना कोई एप्लीकेशन लानी पाऊगी, भले वह 60 डेज के वीज़े वास्ते होवे कि तुसां दा जिहड़ा वीज़ा इस बंदे दे फ्रॉड के कारण लंघ गया, उसकी गलती की वजह तो सजा तो सू ना दी जाए। वह फिर आप सारा केस तैयार करी दा ते होम ऑफिस का जरा एक यूनिट हैगा उन्होंने उस बंद के मुतालिक रिपोर्ट करनी चाहिए। हूँ जो भी जारी गल बंदे आते असं उस केस टू केस उसू दसते हाँ कि किस तरह वो तैयार करना है वह केस। ठीक है, मेरे ख्याल ना एक कॉल आ गया। जी जी ले लो कॉल। हाँ जी, हाँ जी, सत श्री अकाल जी। हेलो, सत श्री अकाल जी। सत श्री अकाल जी। ਭਾਜੀ ਮੈਂ ਪੁੱਛਣਾ ਸੀਗਾ ਨਾ, ਜਿੱਦਾਂ ਬਈ ਇੱਥੇ ਕੋਈ ਓਵਰ ਸਟੇ ਹੋਇਆ ਚੈਦ ਦਾ ਹੀ ਆ ਮੁੰਡਾ ਇੱਕ, ਹੋ ਗਿਆ 15-16 ਸਾਲ ਹੀ, ਤੇ ਉਹਨੇ ਜਿੱਦਾਂ ਹੁਣ ਉਦੋਂ ਕਿਸੇ ਨਿਆਣੇ ਨੂੰ ਇੱਥੇ ਸਟੂਡੈਂਟ ਸੱਦਣਾ ਆਉਣਾ ਹੋਵੇ ਸਟੂਡੈਂਟ ਵਾਸਤੇ ਸਟੱਡੀ ਵਾਸਤੇ, ਤੇ ਉਹਨੂੰ ਕੋਈ ਜਿੱਦਾਂ ਫਿਰ ਪੁੱਛਦੇ ਤਾਂ ਨਹੀਂ ਵੀ ਜਾਂ ਮੰਨ ਲਓ ਉੱਥੇ ਤਾਂ ਪਹਿਲਾਂ ਗਿਆ ਡੈਡੀ ਉੱਧਰ ਵਾਸਤੇ ਉਹਨੂੰ ਉਹ ਆਇਆ ਨਹੀਂ ਜਾਂ ਕਿੱਦਾਂ? ਅੱਛਾ ਭਾਜੀ, ਜਿੱਥੇ ਤੱਕ ਮੈਂ ਸਮਝਿਆ ਸਵਾਲ ਹੀ ਆ ਕਿ ਕੋਈ ਬੰਦਾ ਇੱਥੇ ਓਵਰ ਸਟੇ ਹੋ ਗਿਆ ਅਤੇ ਹਾਂਜੀ ਉਹ ਆਪਣੇ ਦੇਸ਼ ਤੋਂ ਇੰਡੀਆ ਤੋਂ ਕੋਈ ਸਟੂਡੈਂਟ ਬੁਲਾਉਣਾ ਚਾਹੁੰਦਾ ਅਤੇ ਉਸ ਕੋਲ ਸਵਾਲ ਪੁੱਛਣਗੇ ਉਹਦਾ ਡੈਡੀ ਕਿੱਥੇ ਹੈ ਕਿੱਥੇ ਨਹੀਂ ਹੈਗਾ, ਇਹ ਸਵਾਲ ਪੁੱਛਾਉਂਦਾ? ਠੀਕ ਆ ਭਾਅ ਜੀ, ਇਹ ਜਿਹੜਾ ਪ੍ਰੋਬਲਮ ਹੈ ਨਾ, ਇਹ ਬੜਾ ਇੱਕ ਮਸਲਾ ਹੈਗਾ ਸਾਡੀ ਕਮਿਊਨਿਟੀ 'ਚ। ਠੀਕ ਆ, ਕਿ ਕਿਸੇ ਦਾ ਭਾਈ ਆ ਗਿਆ ਜਾਂ ਮਾਂ ਪਿਓ ਆ ਗਏ ਅਤੇ ਉਹ ਓਵਰ ਸਟੇ ਹੋ ਜਾਂਦੇ ਨੇ, ਜਿਹੜਾ ਉਸੇ ਫੈਮਿਲੀ ਵਿੱਚ ਕੋਈ ਹੋਰ ਬੰਦਾ ਆਉਣਾ ਚਾਹੁੰਦਾ, ਠੀਕ ਆ, ਅਤੇ ਉਹ ਉਹਨਾਂ ਨੂੰ ਨਹੀਂ ਦੱਸ ਸਕਦਾ, ਕਿਉਂਕਿ ਜੋ ਹੀ ਦੱਸੂਗਾ ਕਿ ਮੇਰਾ ਡੈਡੀ ਜਾਂ ਭਾਈ UK 'ਚ ਆਇਆ ਔਰ ਓਵਰ ਸਟੇ ਹੋ ਗਿਆ, ਅਤੇ ਉਸ ਕਾਰਨ ਉਸ ਬੱਚੇ ਦੀ ਵੀ ਐਪਲੀਕੇਸ਼ਨ ਰਿਫਿਊਜ਼ ਹੋ ਸਕਦੀ ਆ। ਠੀਕ ਆ, ਇਸ ਚੀਜ਼ ਨੂੰ ਡੀਲ ਕਰਨ ਵਾਸਤੇ ਇੱਕ ਬੜੇ ਤਰੀਕੇ ਨਾਲ ਡੀਲ ਕਰਨੀ ਪਊਗੀ, ਕਿਉਂਕਿ ਅਗਰ ਤੁਸੀਂ ਇਮੀਗ੍ਰੇਸ਼ਨ ਦੀ ਐਪਲੀਕੇਸ਼ਨ 'ਚ ਝੂਠ ਬੋਲੋਗੇ, ਠੀਕ ਆ, ਕਿ ਮੇਰਾ ਫਰਜ਼ ਕਰੋ ਡੈਡੀ ਸੀ, ਠੀਕ ਹੈ, ਉਹ ਪਤਾ ਨਹੀਂ ਕਿੱਥੇ ਚਲਾ ਗਿਆ, ਠੀਕ ਆ, ਅਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਸ਼ੱਕ ਪੈ ਜਾਂਦਾ, ਲੇਕਿਨ ਨਾਲੋਂ ਨਾਲ ਅਗਰ ਤੁਸੀਂ ਸੱਚ ਬੋਲਦੇ ਹੋ ਅਤੇ ਉਹ ਕਹੇਗਾ ਕਿ ਡੈਡੀ ਵੀ ਜਾਂ ਭਾਈ ਵੀ ਗਿਆ ਸੀ ਓਵਰ ਸਟੇ ਹੋ ਗਿਆ, ਹੋ ਸਕਦਾ ਅਤੇ ਇਹ ਵੀ ਓਵਰ ਸਟੇ ਹੋਊ, ਅਤੇ ਦੋਨੋਂ ਸੂਰਤਾਂ ਬੜੀ ਅਜੀਬ ਜਿਹੀ ਸਿਚੁਏਸ਼ਨ ਜੀ ਹੋ ਜਾਂਦੀ ਆ। ਅਤੇ ਇਹਦਾ ਬਿਹਤਰ ਤਰੀਕਾ ਆਵੇ, ਠੀਕ ਆ, ਕਿ ਅਸੀਂ ਇਸ ਮੁੱਦੇ 'ਤੇ ਕੇਸ ਟੂ ਕੇਸ ਬੇਸਿਸ ਐਡਵਾਈਸ ਦਿੰਦੇ ਹਾਂ। ਠੀਕ ਆ, ਵਜ੍ਹਾ ਉਹਦੀ ਮੈਂ ਇਸ ਵਾਸਤੇ ਕਹਿ ਰਿਹਾ, ਖੁੱਲ੍ਹ ਕੇ ਮੈਂ ਨਹੀਂ ਦੱਸ ਰਿਹਾ ਕਿ ਮੈਂ ਅਗਰ ਕੋਈ ਗੱਲ ਦੱਸ ਦੇਵਾਂ, ਕਈ ਸੁਣਨ ਵਾਲੇ ਉਹਨੂੰ ਅਗਰ ਅਡੋਪਟ ਕਰ ਲਵਨ ਤਾਂ ਕੇਸ ਉਹ ਆਪਣੇ ਗਲੇ ਵਿੱਚ ਵੀ ਪੈ ਸਕਦਾ। ਇਹਦੀ ਮਿਸਾਲ ਮੈਂ ਇਸ ਤਰ੍ਹਾਂ ਦਿੰਦਾ ਵਾਂ ਕਿ ਇੱਕ ਔਰਤ ਆਈ ਸੀ ਆਪਣਾ ਬੱਚਾ ਲੈ ਕੇ, ਠੀਕ ਆ, ਉਹ ਔਰਤ ਓਵਰ ਸਟੇ ਹੋ ਗਈ, ਠੀਕ ਆ, ਉਸਦਾ ਬੱਚਾ ਵੀ ਓਵਰ ਸਟੇ ਹੋ ਗਿਆ ਅਤੇ ਉਹਦਾ ਹਸਬੈਂਡ ਫਸ ਗਿਆ ਇੰਡੀਆ 'ਚ, ਠੀਕ ਆ। ਅਸੀਂ ਹੋਮ ਆਫਿਸ ਨੂੰ ਪੂਰੀ ਸੱਚਾਈ ਦੇ ਨਾਲ ਦੱਸਿਆ ਕਿ ਔਰਤ ਕਿਉਂ ਓਵਰ ਸਟੇ ਹੋ ਗਈ, ਠੀਕ ਆ, ਉਹਦੀ ਜੋ ਵੀ ਉਸਦੇ ਹਾਲਾਤ ਸਨ, ਉਹ ਬਿਮਾਰ ਹੋ ਗਈ ਜਾਂ ਜੋ ਵੀ ਪ੍ਰੋਬਲਮ ਸਨ, ਅਤੇ ਹੁਣ ਉਸ ਬੱਚੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਕਿ ਉਹਦਾ ਪਿਓ ਉਸ ਤੋਂ ਦੂਰ ਰਹੇ, ਅਤੇ ਅਸੀਂ ਬੜੇ ਤਰੀਕੇ ਦੇ ਨਾਲ ਉਸ ਬੱਚੇ ਦੇ ਸਰਕਮਸਟਾਂਸਿਸ ਦੱਸੇ ਹੋਮ ਆਫਿਸ ਨੂੰ, ਅਤੇ ਹੋਮ ਆਫਿਸ ਨੂੰ ਉਸਦੇ ਪਿਓ ਨੂੰ ਵੀਜ਼ਾ ਦੇ ਦਿੱਤਾ ਇਸ ਕਾਰਨ ਕਿ ਪਿਓ ਬੱਚੇ ਕੋਲੋਂ ਦੂਰ ਨਾ ਰਹੇ। ਇਸ ਸੂਰਤ ਹਾਲ ਵਿੱਚ ਹੋਮ ਆਫਿਸ ਨੇ ਵੀਜ਼ਾ ਦੇ ਦਿੱਤਾ, ਕਿਉਂਕਿ ਬਾਪ ਔਰ ਬੇਟੇ ਦਾ ਇੱਕ ਕਨੈਕਸ਼ਨ ਸੀ, ਬੱਚੇ ਦੀ ਉਮਰ ਓਬਵੀਅਸਲੀ 18 ਤੋਂ ਘੱਟ ਸੀ। ਲੇਕਿਨ ਅਗਰ ਇਹ ਹੀ ਕੇਸ ਬੱਚੇ ਦੀ ਜਗ੍ਹਾ ਕੋਈ 18 ਤੋਂ ਉੱਤੇ ਨਿਆਣੇ ਦੀ ਜਗ੍ਹਾ ਕੋਈ ਵੱਡਾ ਬੱਚਾ ਹੋਵੇ ਤਾਂ ਫਿਰ ਹੋਮ ਆਫਿਸ ਹੋ ਸਕਦਾ ਨਾ ਦੇਵੇ ਵੀਜ਼ਾ। ਠੀਕ ਆ, ਠੀਕ ਆ। ਅੱਛਾ, ਇਸ ਵਾਸਤੇ ਮੈਂ ਇਹ ਇੱਕ ਮਿਸਾਲ ਇਹ ਹੋ ਗਈ, ਇਹ ਤਾਂ ਇਸ ਕੇਸ ਦਾ ਬੜਾ ਪੋਜ਼ੀਟਿਵ ਪਹਿਲੂ ਜਿਹਾ ਹੋ ਗਿਆ। ਅੱਛਾ, ਦੂਜੇ ਅਸੀਂ ਸੂਰਤ ਹਾਲ ਵਿੱਚ ਕਿਸੇ ਦਾ ਆਪਾਂ ਨੇ ਦੱਸ ਦਿੱਤਾ ਹੋਮ ਆਫਿਸ ਨੂੰ ਕਿ ਮਾਂ ਪਿਓ ਇੱਥੇ ਆਏ ਸਨ, ਓਵਰ ਸਟੇ ਹੋ ਗਏ, ਹੁਣ ਬੱਚੇ ਵੀ ਆਉਣਾ ਚਾਹੁੰਦੇ, ਠੀਕ ਆ,
तो अगर तो बच्चा स्टूडेंट हैगा तो फिर तो बचत हो सकती है, क्योंकि वह कह सकता कि मेरी उम्र 18-19 साल आ, मैं एडल्ट हैगा, मैं अपने माँ प्यो से डिपेंडेंट नहीं हैगा, उन्होंने अपनी जिंदगी, उन्होंने जो गलत काम किया अवरस्टे होए उसकी सज़ा मन ना दी जाए, तो होम ऑफिस वेरी लाइकली उन्होंने वीज़ा दे दूगा, क्योंकि वह बच्चा वह व्यक्ति अपने जोरे बाजू तैयार आ, अपनी बैंक स्टेटमेंट तैयार आ, अपनी तालीम काबिलियत तैयार आ, ठीक है जी, या वही अगर बच्चा 18 तो उत्ते वर्क परमिट तैयार आ तो उसमें मिल भी जाऊगा, ठीक है। लेकिन अगर वो बच्चा कहता कि मेरा डैडी यूके रहा, मेरे अकाउंटेंट पैसे उन्हें पाए, तो फिर होम ऑफिस वीज़ा नहीं दूगी, वह कहेगा कि डैडी का पैसा जरा उस को वीज़ा नहीं है यूके रह रहा, तो पैसा उतो आया तो होम ऑफिस वीज़ा रिफ्यूज़ भी कर सकती जनरल ग्राउंड ऑफ रिफ्यूजल से, ठीक है। तो इस वास्ते इन्हों केसा का कोई क्लीयर जवाब नहीं होता, इस सिचुएशन के मुताबिक तक के केस के फैक्ट्स तक के केस टू केस तक के एक बंद कमरे जी सारिया गल् हो बड़े राज नाल एक केसेस करने होंगे, ठीक है भाजी, ठीक है जी, थैंक यू भाई, थैंक यू भाजी, थैंक यू। ये भाजी बड़ा इंपोर्टेंट और बड़ा प्यारा ने सवाल किया, इसका जवाब हर केस का जवाब उसके फैक्ट्स के मुताबिक हालात के मुताबिक होंगे, तो आई एम श्योर के मैं अपनी तरफों पूरी तजर्बे के नाल नॉलेज के नाल जवाब दिता, और आई एम श्योर कि उन्होंने समझ भी लिया कि मैं की कहना चाह रहा, फिर भी नहीं समझ लगी ऑब्वियसली दफ्तर आ सकते हैं जी, बिल्कुल जी, जे तुहानू भाई चर्चा कर सकते हैं, नहीं भी समझ लगी या कोई भी होर तरह की होर भी जानकारी लेनी होवे तुसीं ऑफिस जाके जवीर साहब दे इसी जी स्टूडियो दे विचों नंबर ले लो इन्हां दा, ते इन्हां दे ऑफिस तुसीं जाके भी गल कर सकते हो विस्तार नाल, कई बार आपां कह दिंदे आ कि सानूं थोड़ी बहुती होर नॉलेज दी लोड होवे। अच्छा नाल नाल भाजी गल दसदे दईए भी बड़ा जरूरी हैगा, क्योंकि एज अ सोलिसिटर आपां जदों गल करीदा उहदी जिम्मेवारी भी लईदी, बिल्कुल असीं जिहड़ा प्रोग्राम करदे आ जिहड़ियां गल्लां असीं शेयर करते हैं जी ओबियसली पहली गल है कि मन एज अ सोलिसिटर अधिकार हैगा इमीग्रेशन एडवाइस देने का, दूजी असी गाइडेंस देने असी जनरल गल्लां करते हैं जिहड़ियां हर जिहड़ा साइज होंदा हर बंदे नूं फिट नहीं होंदा, ते अगर किसी ने अपने केस के मुताबिक डिस्कस करनी तो वह आपां विज़ारी गल है फेस टू फेस वन बाय वन गल करांगे, वह एडवाइस होगी स्पेसिफिक एडवाइस जिहनूं कहिंदा, अदरवाइज असी जनरल गल्लां कर रहे हैं तो तुम साड़ी इस जनरल गलों पर रिलाय जरूर करो जी, लेकिन वह लाजमी नहीं है सारिया गलत ठीक होवन, कोई ठीक नहीं भी हो सकती, जिसकी मिसाल आपने दसी कि जरा डैडी जी आवर स्टे है बच्चे ने आना चाह चाहता है तो उसकी एडवाइस की हो सकती है, तो आपने यही क्लीयरली दसा कि केस टू केस देखी जाऊगी, अगर वह बच्चा विजिटर से आए रिफ्यूज हो सकता, अगर वह बच्चा स्टूडेंट आए तो लग भी सकता, ठीक है। बिल्कुल जवीर जवीर साहब का कहना यह है कि असं जो इतने गल करते हैं स्टूडियो में बह के गल करते हैं तो सुभाग थोड़ा जो नॉर्मल जवाब असं दें जिस तरीके कानूनी तौर पर होना चाहिए, पर हर एक का मसल जो सवाल हर एक का जो केस वो वक्खो वक्खरा होंदा, सो उहदे विच आपां तुसीं आके डिस्कस कर लो उस तो बाद ज़्यादा थोड़ी जी जानकारी मिल जाती है, सो से काम तुहाडा सही हो जाता जी। बिल्कुल कॉल लग लग चुकी मेरे ख्याल जी, आपां लग गए हाँ जी, सत श्री अकाल जी, मुंडा रह रहा 15 साल तो उम्र कि ਉਮਰ ਉਹਦੀ 45 ਈਅਰ ਓਲਡ ਹੈ 45 ਯਾਨੀ ਉਹ ਐਡਲਟ ਹੈਗਾ ਵੱਡਾ ਐਡਲਟ ਸਿਆਣਾ ਬੰਦਾ ਹੈਗਾ ਅੱਛਾ ਭਾਜੀ ਹਕੂਮਤ ਨੇ ਇਸ ਸਿਲਸਿਲੇ 'ਚ ਹੋਮ ਆਫਿਸ ਨੇ ਰੂਲ ਇਹੀ ਰੱਖਿਆ ਕਿ ਜਿਹੜੇ ਬੰਦੇ 18 ਤੋਂ ਉੱਤੇ ਹੋਵਨ ਠੀਕ ਆ ਕੋਈ ਉਹਨਾਂ ਦਾ ਬੱਚਾ ਨਾ ਹੋਵੇ ਠੀਕ ਹੈ ਜਾਂ ਉਹ ਕਿਸੇ 'ਤੇ ਡਿਪੈਂਡ ਨਾ ਕਰਦੇ ਹੋਵਨ ਅਤੇ ਉਹਨਾਂ ਨੂੰ ਫਿਰ 20 ਸਾਲ ਪੂਰੇ ਕਰਨੇ ਪੈਂਦੇ ਪਹਿਲਾ ਰੂਲ ਹੈ ਕਿ 20 ਸਾਲ ਪੂਰੇ ਕਰੋ ਅਗਰ ਤੁਸੀਂ ਸਿੰਗਲ ਅੱਗੇ ਔਰ 18 ਤੋਂ ਉੱਤੇ ਅੱਗੇ ਠੀਕ ਆ अगर 20 साल पूरे नहीं करते तुसी क्योंकि इन्हें भाई उन्होंने हाली 5 साल हो रहे तो दूजा हुकूमत होम ऑफिस ने यह कहती है अगर तुसां दे हालात ऐसे अगे कि तुसी पिछे जा नहीं सकते अपने देश फर्ज करो तुसां दे माँ प्यो का नहीं पता इंडिया किथे चले गए तुसां दे भैन भाई का नहीं पता किथे चले गए 15 साल तुसां दा किसी नाल राबता ही नहीं होया 15 साल तुसी यूके तो पैर ही नहीं बाहर रखिया 15 साल तो तुसी यूके दे अंदर रह रहे हो या तुसां नूं कोई ऐसी बीमारी हो गई आ जे तुसानू वापस जाने दिक्कत आ तो फिर होम ऑफिस की गाइडेंस ये कहती आ असी केस टू केस दे लिहाज तक के वीज़ा दे भी सकते हाँ जिन्हों आप ह्यूमन राइट का वीज़ा नॉर्मली कहीदा या डिस्क्रैशनरी लीव का वीज़ा कहीदा तो कहने का मकसद ये है पक्का जरा असूल है वह 20 साल वाला गा
अगर 20 साल फॉल नहीं करता तो अगर उसके हालात इतने मजबूर अगे कोई किसी का उसका तलक वास्ता इंडिया नहीं अगा माँ प्यो नहीं अगे भैन भाई नहीं अगा वाइफ नहीं अगी फर्ज करो अगर छोटी उम्र च आया तो इंडिया की पंजाबी हिंदी नहीं उन्हें आँदी जुबान नहीं आँदी कल्चर का नहीं पता फिर होम ऑफिस उस बंदे नूं वीज़ा दे भी सकती है बेशक वो 20 साल पूरे ना होवन लेकिन केस टू केस बेसिस नूं तक के देगी ठीक है सेकंड क्वेश्चन ये है जी जी के वो कहता कि मैं इंडिया उसकी वाइफ है इंडिया च मैं इंडिया वापस जाना चाहना ते वो हाई कमीशन डायरेक्ट कोई उन्हों सर्टिफिकेट एमरजेंसी वीजा मिल सकता ताकि वो इंडिया चला जाए अच्छा पाजी जेडे इंडियन नागरिक अगर उन्होंने इंडियन जाना तो एक एमरजेंसी ट्रैवल डॉक्यूमेंट मिलता तुसी एमरजेंसी ट्रैवल डॉक्यूमेंट लैके अपने देश परट सकते हो जा सकते हो अगर तुसी होम ऑफिस के थ्रू जाइए तो होम ऑफिस की असिस्टेड वॉलंटरी रिटर्न टीम होंगी तुसी उन्होंने फोन चक करके करो तो वो थोड़ी काफ़ी हेल्प कर देन कि अगर तुसी मुड़ना चाहते हो तो चंगी गल है ठीक है ਤੇ ਉਹ ਤੁਹਾਡੀ ਹੈਲਪ ਕਰਦੇ ਅਦਰਵਾਈਜ਼ ਅਦਰਵਾਈਜ਼ ਵੀਐਫਐਸ ਦੇ ਥਰੂ ਜਾਣਾ ਪਏਗਾ ਜਾਂ ਇੰਡੀਅਨ ਹਾਈ ਕਮਿਸ਼ਨ ਨਾਲ ਡਾਇਰੈਕਟ ਗੱਲ ਕਰਨੀ ਪਏਗੀ ਇਹ ਨਹੀਂ ਸਰ ਵੀਐਫਐਸ ਤੇ ਪ੍ਰੋਸੈਸ ਕਰਦੀ ਨਾ ਵੀਜ਼ੇ ਤੁਹਾਨੂੰ ਇੰਡੀਅਨ ਹਾਈ ਕਮਿਸ਼ਨ ਦੇ ਥਰੂ ਹੀ ਜਾਣਾ ਪਏਗਾ ਲੇਕਿਨ ਇੰਡੀਅਨ ਹਾਈ ਕਮਿਸ਼ਨ ਦੀ ਅਗਰ ਤੁਸੀਂ ਵੈਬਸਾਈਟ ਤੇ ਜਾਓ ਆਈ ਬਿਲੀਵ ਕਿ ਉਹ ਵੀਐਫਐਸ ਦੇ ਥਰੂ ਹੀ ਤੁਹਾਡੇ ਕਾਗਜ਼ ਸਬਮਿਟ ਕਰਵਾਉਂਦੇ ਠੀਕ ਹੈ ਜੀ ਓਕੇ ਤੇ ਇਹ ਜਿਹੜੇ ਹੋਮ ਆਫਿਸ ਦੇ ਥਰੂ ਜਾਣਾ ਹੋਵੇ ਤੇ ਸੇਫ ਹੈ ਉਹ ਡਰਦਾ ਹੈ ਕਿ ਅਗਰ ਮੈਂ ਹੋਮ ਆਫਿਸ ਦੇ ਥਰੂ ਜਾਵਾਂ ਤੇ ਮੈਨੂੰ ਇੰਡੀਆ ਵਿੱਚ ਡਿਪੋਰਟ ਕਰਨਗੇ ਅਰੈਸਟ ਕਰ ਲੈਂਦੇ ਨੇ ਦਿੱਲੀ अच्छा ये चंगा सवाल तुसा आख्या भाजी इलीगल होना एक क्रिमिनल ऑफेंस है आज दी डेट पहले नहीं होंदा सी हुण इनू जुर्म समझदे ने ठीक है अच्छा हुकूमत दे नालो नाल ये भी कहंदी है जिहड़े बंदे इलीगल रहन पहले उन्होंने जेल च पाओ सजा दो फिर वापस भेजो लेकिन उस कानून ते उस तरह अमल दरामद फिलहाल नहीं होया ठीक है अच्छा अगर तुसी होम ऑफिस दे थ्रू जांदे हो फर्ज करो तुसी साल बाद कहंदे हो मैं दोबारा यूके च मुड़ना अगर तुसी होम ऑफिस दे थ्रू जांदे हो ते तुसानू अपने खर्चे से जाते हो अपनी मर्जी से जाते हो ठीक है तो तुम अपने खर्चे से अपनी मर्जी से होम ऑफिस में दस के जाते हो फिर तुम एक साल का री एंट्री बैन लगता अगर तुम होम ऑफिस में दसे बगैर ही चले जाते हो इन्हों कागजों तुम कोई वजूद ही नहीं है अगर दोबारा तुम अप्लाई करोगे तो तुम दिक्कत होगी ठीक है तो इस वास्ते बेहतर है कि जिंदगी कभी पता नहीं होता दोबारा आने का मन हो जाए या किसी मैं कई बच्चे तके जो अवस्टे वापस जाते उत्थे इंडिया किसी कुड़ी ने शादी करके स्टूडेंट वीज़ा के डिपेंडेंट बन के वापस आ जाते तो इनू आप कहीदा री एंट्री बैन ठीक है अगर दस के जाते हो अपनी मर्जी से अपने खर्चे से एक साल का बैन आई दोबारा वीज़ा लैके भी आ सकते हो ठीक ठीक है भाजी थैंक यू जी थैंक यू वेरी मच थैंक यू तो यह भाजी एक और गल तो नाल दसते जाइए री एंट्री बैन हों एक साल तो लैके दस साल तक लग सकता ठीक है अगर तुम होम ऑफिस में दस के जाओ जी ठीक है फर्ज करो मैं होम ऑफिस नूं दस के मैं 5 साल अवस्थे रहा होम ऑफिस नूं दस के इंडिया पिछे चला गया कल मेरी ब्रिटिश कुड़ी नाल शादी हो जाती है अगर मैं दस के गया हां तो दोबारा स्ट्रेट अवे मैं अप्लाई कर सकता होम ऑफिस इस चीज नूं मान देगी कि बंदा चलो अवस्थे हो गया जो भी सरकमस्टांसिस हैं लेकिन दस के आया अपने खर्चे ते आया पब्लिक दे टैक्स पैसे पैसों से नहीं आया तो इस गल का जरूर मान करेंगे उन्हें पब्लिक रीजन वास्ते माड़ा नहीं समझेंगे जो पब्लिक पॉलिसी बिल्कुल आए भी कई स्टूडेंट आए भी हैं गए के वापस ही आए अच्छा इस सवाल एक और सवाल जुड़ा है लोगों ने मन ही चाहता एक दफा यूके वाड़ आओ और तुसी अगर अवरस्टे हो जाते हो पहली गल अवरस्टे होना नहीं चाहिए बारह प्रोग्राम दसा अगर हो जाते हो तो दोबारा सारी जिंदगी आ नहीं सकते ये भाजी गल ठीक नहीं हैगी एक मिथ हैगी एक मिसकनसैप्शन हैगी तुसी अवरस्टे किसी कारण होंदे हो बीमारी तो होंदे हो या किसी कारण होंदे हो अगर वाइफ नाल आए उसने लड़ाई होकर अवरस्टे होंदे हो कोई भी कारण आ अगर तुसी वापस जाओ दोबारा आ भी सकते हैगे तुसी एज ऑन एज जिहड़े नवे वीजे च आओगे उसकी शर्तां तुसी पूरी करो तो ये बड़ी एक बच्चों ने दिल च ये गल आ वह वापस जाना ही नहीं पले छोटा जिहा जुड़वा कहिंदे आ के डिपोर्टेशन दा मेरे ख्याल नाल कॉल आ गई आपां पहिलां चलो कॉल चक लो हां जी सत श्री अकाल जी हां जी सत श्री अकाल जी सत श्री अकाल जी हाँ जी मेरा सवाल यह हैगा कि मेरे मदर जड़े हैगे वो 96 च पहली बार इंग्लैंड च आए थे तो वो दो साल बाद आंदे ही रहिंदे हैगे विजिटर वीजे ते जिदा दो
महीने रहिंदे जां शेक भी करिंदे तां वापस चले जांदे हैगे। हुण मेरे डैड हो गए पूरे तां असीं चाहुंदे कि मेरे माम नूं असीं इत्थे रखीए तां साडे हिसाब नाल ਕਿਹੜਾ ਕਾਨੂੰਨ ਤੇ ਲੋ ਹੈਗਾ ਜਿਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਇੱਥੇ ਵੀਜ਼ਾ ਦਵਾ ਸਕਦੇ ਹੈਗੇ। ਅੱਛਾ ਇਹਦੇ ਬਾਰੇ ਚ ਇਨਫੋਰਮੇਸ਼ਨ ਚਾਹੀਦਾ। ਜੀ ਜੀ ਜ਼ਰੂਰ। ਤੁਸੀਂ ਇਹ ਕਹਿ ਰਹੇ ਹੋ ਕਿ 1996 ਹੀ ਤੁਸਾਂ ਦੇ ਮਮ ਆਏ ਵਿਜ਼ਟਰ ਵੀਜ਼ਾ ਤੇ। ਹੈਲੋ ਜੀ ਜੀ ਹਾਂਜੀ ਹਾਂਜੀ। ਉਸ ਤੋਂ ਬਾਅਦ ਉਹ ਇੰਡੀਆ ਵਾਪਸ ਗਏ ਹੀ ਨਹੀਂ, ਇਹ ਕਹਿ ਰਹੇ ਹੋ ਤੁਸੀਂ? ਨਹੀਂ 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 ਨਾ 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 ਉਹ ਇੰਡੀਆ ਜਾਂਦੇ ਆਉਂਦੇ ਜਾਂਦੇ ਰਹੇ। ਸਮਝ ਗਿਆ। ਉਹ ਆਉਂਦੇ ਜਾਂਦੇ, ਜ਼ਿਆਦਾ ਲੰਬੀ ਸਟੇ ਨਹੀਂ ਕਰਦੇ, 2 ਮਹੀਨੇ ਰਹਿੰਦੇ ਹੈਗੇ। ਠੀਕ ਆ। ਹੁਣ ਤੁਸੀਂ ਚਾਹੁੰਦੇ ਹੋ ਕਿ ਪੱਕਾ ਉਹਨਾਂ ਰੱਖੀਏ? ਠੀਕ ਹੈ ਭੈਣ ਜੀ। ਭੈਣ ਜੀ ਤੁਸੀਂ ਖੁਦ ਬ੍ਰਿਟਿਸ਼ ਹੈਗੇ? ਨਹੀਂ ਹੈਗੇ ਹੁਣ। ਭੈਣ ਜੀ ਜਦੇ ਮੰਮੀ ਯੂਕੇ ਜਾਉਂਦੇ ਤੇ ਤੁਸੀਂ ਉਹਨਾਂ ਦੀ ਆਬਵੀਅਸਲੀ ਬੇਟੀ ਹੋਗੇ, ਤੁਸੀਂ ਖੁਦ ਬ੍ਰਿਟਿਸ਼ ਹੈਗੇ? ਹਾਂਜੀ ਹਾਂਜੀ ਹਾਂਜੀ, ਮੈਂ ਬ੍ਰਿਟਿਸ਼ ਪਾਸਪੋਰਟ ਆ ਮੇਰੇ। ਠੀਕ ਹੈ। ਅੱਛਾ ਭੈਣ ਜੀ, ਇਸ ਤੇ ਕਾਨੂੰਨ ਇਹ ਕਹਿੰਦਾ ਜਿਹੜੇ ਬੰਦੇ ਖੁਦ ਬ੍ਰਿਟਿਸ਼ ਹੈਗੇ ਉਹ ਅਗਰ ਆਪਣੇ ਮੰਮੀ ਡੈਡੀ ਨੂੰ ਪੱਕਾ ਕਰਾਉਣਾ ਚਾਹੁੰਦੇ, ਇਸ ਵੀਜ਼ੇ ਦਾ ਨਾਂ ਹੈ ਐਲਡਰਲੀ ਡਿਪੈਂਡੈਂਟ ਵੀਜ਼ਾ, ਯਾਨੀ ਕਿ ਜਿਹੜੇ ਸਿਆਣਿਆਂ ਵਾਸਤੇ ਵੀਜ਼ਾ। ਅਗਰ ਤੁਸਾਂ ਦੇ ਮੰਮੀ ਡੈਡੀ ਤੁਸਾਂ 'ਤੇ ਡਿਪੈਂਡੈਂਟ ਅੱਗੇ ਫਾਈਨੈਂਸ਼ਲੀ ਵੀ, ਪੈਸਿਆਂ ਦੇ ਲਿਹਾਜ਼ ਨਾਲ ਵੀ, ਤੁਸੀਂ ਪੈਸੇ ਭੇਜਦੇ ਹੋ ਇੰਡੀਆ 'ਚ ਉਹਨਾਂ ਦੀ ਗੁਜ਼ਰ ਬਸਰ ਹੁੰਦਾ, ਇਮੋਸ਼ਨਲੀ ਵੀ ਤੁਸਾਂ 'ਤੇ ਡਿਪੈਂਡੈਂਟ ਅੱਗੇ ਕਿ ਜਦੋਂ ਤੱਕ ਤੁਸਾਂ ਦੇ ਦਿਨ 2 ਦਫ਼ਾ ਗੱਲ ਨਾ ਕਰਨ, ਮੰਮੀ ਡੈਡੀ ਦੀ ਤਬੀਅਤ ਠੀਕ ਨਹੀਂ ਰਹਿੰਦੀ, ਤੁਸਾਂ ਦੇ ਇੰਡੀਆ 'ਚ ਹੋਰ ਕੋਈ ਰਿਸ਼ਤੇਦਾਰ, ਇਮੀਡੀਏਟ ਰਿਸ਼ਤੇਦਾਰ ਨਹੀਂ ਹੈਗਾ, ਕਰੀਬੀ ਰਿਸ਼ਤੇਦਾਰ ਨਹੀਂ ਹੈਗਾ ਜਿਹੜੇ ਉਹਨਾਂ ਦੇ ਲੁੱਕ ਆਫਟਰ ਕਰ ਸਕਣ, ਠੀਕ ਆ। ਤੁਸਾਂ ਦੀ ਜੋਬ ਇੱਥੇ ਯੂਕੇ 'ਚ ਇਹਦੀ ਹੈਗੀ ਜਿਹੜੀ ਤੁਹਾਨੂੰ ਅਲਾਊ ਨਹੀਂ ਕਰਦੀ ਕਿ ਤੁਸੀਂ ਇੰਡੀਆ ਜਾ ਕੇ ਸਾਲ 'ਚ ਜਾਂ 6 ਮਹੀਨੇ ਬਾਅਦ ਆਪਣੀ ਮੰਮੀ ਡੈਡੀ ਨੂੰ ਤੱਕ ਸਕੋ। ਅਤੇ ਫਿਰ ਹੋਮ ਆਫਿਸ ਇਸ ਵੀਜ਼ੇ ਨੂੰ ਬਣਾਇਆ ਐਲਡਰਲੀ ਡਿਪੈਂਡੈਂਟ ਵੀਜ਼ਾ, ਜਿਸ 'ਚ ਤੁਸੀਂ ਹੋਮ ਆਫਿਸ ਨੂੰ ਇਹ ਸਾਰੇ ਸਰਕਮਸਟਾਂਸਿਸ ਦੱਸਦੇ ਹੋ ਕਿ ਬਈ ਮੇਰੀ ਜੋਬ ਹੈਗੀ ਹੈ, ਮੈਂ ਜਾ ਨਹੀਂ ਸਕਦੀ, ਜਾਂ ਮੇਰੇ ਬੱਚੇ ਅੱਗੇ ਜਿਸ ਦੀ ਵਜ੍ਹਾ 'ਤੇ ਮੈਂ ਜਾ ਨਹੀਂ ਸਕਦੀ। ਇੰਡੀਆ 'ਚ ਅਸੀਂ ਪੈਸੇ ਭੇਜ ਕੇ ਨੌਕਰ ਜਾ ਕੇ ਰੱਖ ਨਹੀਂ ਸਕਦੇ ਕਿਉਂਕਿ ਮਾਂ ਬਾਪ ਸੇ ਸਾਡੇ 'ਤੇ ਅੱਗੇ ਡਿਪੈਂਡੈਂਟ ਅੱਗੇ, ਠੀਕ ਆ, ਜਾਂ ਸਾਡਾ ਹੋਰ ਕੋਈ ਕਰੀਬੀ ਖੂਨੀ ਰਿਸ਼ਤੇਦਾਰ ਨਹੀਂ ਹੈਗਾ ਜਿਹੜਾ ਉਹਨਾਂ ਦੇ ਮੂੰਹ 'ਚ ਆ ਕੇ ਪਾਣੀ ਪਾਵੇ ਜਾਂ ਰੋਟੀ ਦੇਵੇ, ਜਾਂ ਅਸੀਂ ਕਿਸੇ 'ਤੇ ਇਤਬਾਰ ਨਹੀਂ ਕਰ ਸਕਦੇ ਜਿਹੜੇ ਵੀ ਸਰਕਮਸਟਾਂਸਿਸ ਅੱਗੇ। ਅਗਰ ਹੋਮ ਆਫਿਸ ਨੂੰ ਯਕੀਨ ਹੋ ਜਾਵੇ ਤੁਸੀਂ ਗੱਲਾਂ ਜਿਹੜੀ ਕਹਿ ਰਹੇ ਹੋ ਜੈਨੂਇਨ ਹੈਗੀਆਂ, ਔਰ ਨਾਲੋ ਨਾਲ ਤੁਸਾਂ ਦੇ ਜੇਬ ਵਿੱਚ ਇਤਨਾ ਪੈਸਾ ਵੀ ਹੈਗਾ ਕਿ ਤੁਸੀਂ ਆਪਣੇ ਮਾਂ ਪਿਓ ਨੂੰ ਅਫੋਰਡ ਵੀ ਕਰ ਸਕੋ। ਇਹ ਨਹੀਂ ਕਿ ਮਾਂ ਪਿਓ ਇੰਡੀਆ ਤੋਂ ਬੁਲਾ ਲਓ, ਇੱਥੇ ਹਕੂਮਤ ਦੇ ਟੈਕਸਪੇਅਰ ਦੇ ਪੈਸਿਆਂ 'ਤੇ ਪਲਨ, ਇਹ ਵੀ ਨਾਲੋਂ ਪ੍ਰੂਫ ਕਰਨਾ ਪਊਗਾ। ਅਗਰ ਇਹ 5-7 ਸ਼ਰਤਾਂ ਪੂਰੀਆਂ ਕਰ ਦਈਏ ਅਤੇ ਫਿਰ ਐਲਡਰਲੀ ਡਿਪੈਂਡੈਂਟ ਵੀਜ਼ੇ ਦੀ ਬੇਸ 'ਤੇ ਮਾਂ ਪਿਓ ਪੱਕੇ ਹੋ ਜਾਂਦੇ ਇੱਥੇ, ਉਹਨਾਂ ਨੂੰ ਫਿਰ ਵਾਪਸ ਜਾਣ ਦੀ ਲੋੜ ਨਹੀਂ ਹੈਗੀ, ਠੀਕ ਹੈ ਜੀ। ਅਗਰ ਤੁਹਾਨੂੰ ਯਾਦ ਹੋਵੇ ਜਿਹੜੇ ਯੂਰਪੀਅਨ ਆਉਂਦੇ ਸਨ 2020 ਤੋਂ ਪਹਿਲੇ, ਉਹ ਬੜੀ ਆਸਾਨੀ ਨਾਲ ਬੁਲਾ ਲੈਂਦੇ ਸਨ, ਠੀਕ ਹੈ, ਦੇਖਿਆ ਹੋਵੇਗਾ ਤੁਸੀਂ ਆਪਣੀ ਕਮਿਊਨਿਟੀ ਵਿੱਚ ਜਿਹੜੇ ਯੂਰਪੀਅਨ, ਪੁਰਤਗਾਲ, ਇਟਲੀ, ਸਪੇਨ ਤੋਂ ਆਪਣੇ ਜਿਹੜੇ ਇੰਡੀਅਨ ਯੂਰਪੀਅਨ ਹੁੰਦੇ ਸਨ, ਉਹਨਾਂ ਦੇ ਮਾਂ ਪਿਓ ਬੜੀ ਆਸਾਨੀ ਨਾਲ ਆ ਜਾਂਦੇ ਸਨ। ਇਨਫੈਕਟ ਉਹਨਾਂ ਦੇ ਮਾਂ ਪਿਓ ਵਿਜ਼ਿਟ 'ਤੇ ਆਉਂਦੇ ਸਨ ਅਤੇ ਵਿਜ਼ਿਟ ਤੋਂ ਹੀ ਉਹ ਪੱਕੀਆਂ ਵੀਜ਼ਿਆਂ ਚੇਂਜ ਕਰਵਾਉਂਦੇ ਸਨ, ਕਿਉਂ ਆਪਾਂ ਨੇ ਕਈ ਕੀਤੇ ਕੇਸਿਸ, ਲੇਕਿਨ ਬ੍ਰਿਟਿਸ਼ ਦੇ ਪੇਰੈਂਟ ਨਹੀਂ ਆ ਸਕਦੇ, ਠੀਕ ਆ, ਉਹਨਾਂ ਨੂੰ ਐਲਡਰਲੀ ਡਿਪੈਂਡੈਂਟ ਵੀਜ਼ਾ ਹੀ ਲੈਣਾ ਪਊਗਾ। ਉਹਦੀ ਸਿਰਫ ਇੱਕ ਹੀ ਛੂਟ ਹੈਗੀ ਆ ਕਿ ਫਰਜ਼ ਕਰੋ ਤੁਸਾਂ ਦੀ ਮਾਂ ਇੰਡੀਆ ਤੋਂ ਵਿਜ਼ਿਟ ਵੀਜ਼ੇ 'ਤੇ ਆ ਜਾਓ, ਇੱਥੇ ਆ ਕੇ ਬੜੀ ਸਖਤ ਬਿਮਾਰ ਹੋ ਜਾਵੇ, ਠੀਕ ਆ, ਔਰ ਉਸਦੇ ਹਾਲਾਤ ਅਜਿਹੇ ਹੋਣ ਕਿ ਉਹ ਬੈੱਡ ਤੋਂ ਥੱਲੇ ਪੈਰ ਹੀ ਨਾ ਰੱਖ ਸਕੇ, ਉਹਨੂੰ ਕੋਈ ਰੱਬ ਨਾ ਕਰੇ ਡਿਮੈਂਸ਼ੀਆ ਦੀ ਬਿਮਾਰੀ ਹੋ ਜਾਵੇ, ਭੁੱਲਣ ਦੀ ਬਿਮਾਰੀ ਹੋ ਜਾਵੇ, ਤਾਂ ਫਿਰ ਹੋਮ ਆਫਿਸ ਕੇਸ ਟੂ ਕੇਸ ਬੇਸਿਸ ਵੀਜ਼ਾ ਦੇ ਦਿੰਦੀ ਆ 2.5 ਸਾਲ ਵਾਲਾ ਹਿਊਮਨ ਰਾਈਟ ਦੀ ਬੇਸ 'ਤੇ, ਕਿਉਂਕਿ ਆਪਾਂ ਇਸ ਤਰ੍ਹਾਂ ਦੇ ਬਾਹਲੇ ਕੇਸ ਕੀਤੇ। ਲੇਕਿਨ ਰੂਲ ਇਹ ਕਹਿੰਦਾ ਅਗਰ ਤੁਸੀਂ ਸਿੱਧੇ ਤਰੀਕੇ ਨਾਲ ਕੇਸ ਚਲਾਉਣਾ ਤਾਂ ਇੰਡੀਆ ਤੋਂ ਐਲਡਰਲੀ ਡਿਪੈਂਡੈਂਟ ਦਾ ਵੀਜ਼ਾ ਲੈ ਕੇ ਆਵਣ, ਜੋ ਕਿ ਹੁੰਦਾ ਬੜਾ ਮੁਸ਼ਕਲ ਹੈ ਔਰ ਮਹਿੰਗਾ ਵੀ ਹੁੰਦਾ, ਫੀਸਾਂ ਕਈ ਜ਼ਿਆਦਾ ਹੈਗੀਆਂ, ਠੀਕ ਹੈ। ਅਤੇ ਇਹ ਐਜ਼ ਆ ਕਾਨੂੰਨ ਹੈਗਾ, ਗੱਲ ਲੰਬੀ ਹੋ ਗਈ ਹੈ ਲੇਕਿਨ ਕਾਫੀ ਬੈਕਗ੍ਰਾਊਂਡ ਦੇ ਨਾਲ ਸਮਝਾਈ ਆ, ਠੀਕ ਹੈ, ਕਿਉਂਕਿ ਇਹ ਕਾਫੀ ਜਿਹੜੇ ਬ੍ਰਿਟਿਸ਼ ਵਿਅਕਤੀ ਹੈਗੇ, ਬੱਚੇ ਹੈਗੇ, ਉਹਨਾਂ ਦੇ ਮਾਂ ਪਿਓ ਨੂੰ ਬੜੀ ਪ੍ਰੋਬਲਮ ਹੈਗੀ ਆ, ਅਤੇ ਹੁਣ ਬ੍ਰਿਟਿਸ਼, ਹੁਣ ਯੂਰਪੀਅਨ ਵੀ ਨਹੀਂ ਬੁਲਾ ਸਕਦੇ, ਉਹਨਾਂ ਨੂੰ ਵੀ ਡਿਪੈਂਡੈਂਸੀ ਦਾ ਟੈਸਟ ਬੜੇ ਸਖਤ ਸ਼ਰਤਾਂ 'ਤੇ ਪੂਰਾ ਕਰਨਾ ਹੁੰਦਾ, ਉਹਨਾਂ ਨੂੰ ਵੀ ਨਹੀਂ ਦੇ ਰਹੇ ਜਿਹੜੇ ਯੂਰਪੀਅਨ ਹੈਗੇ। ਅਤੇ ਹੁਣ ਕਾਨੂੰਨ ਦੋਨਾਂ ਬ੍ਰਿਟਿਸ਼ ਵਾਸਤੇ ਵੀ, ਬ੍ਰਿਟਿਸ਼ ਦੇ ਪੇਰੈਂਟਸ ਵਾਸਤੇ ਵੀ, ਯੂਰਪੀਅਨ ਦੇ ਪੇਰੈਂਟ ਵਾਸਤੇ ਵੀ ਆਲਮੋਸਟ ਬਰਾਬਰ ਹੋ ਗਿਆ ਜੀ। ਠੀਕ ਹੈ ਭੈਣ ਜੀ, ਹੋਪ ਕਿ ਸਵਾਲ ਤੁਹਾਨੂੰ ਦਾ ਕਲੀਅਰ ਹੋ ਗਿਆ। ਹਾਂਜੀ, ਇੱਕ ਸੌਰੀ ਇੱਕ ਸਵਾਲ ਮੇਰੇ ਕੋ ਹੋਰ ਹੋਰ ਆ। ਜੀ ਜੀ ਪੁੱਛੋ। ਹਾਂਜੀ, ਜੇ ਕਿਸੇ ਜਿੱਦਾਂ ਮੇਰਾ ਬ੍ਰਦਰ ਹੈਗਾ ਉਹ ਕੋ ਇੰਡੀਅਨ ਪਾਸਪੋਰਟ ਹੈਗਾ ਆ। ਸੌਰੀ, ਜਿਹੜਾ ਬ੍ਰਦਰ ਹੈਗਾ, ਮੈਂ ਸਵਾਲ ਇਹ ਸੀ, ਮੇਰਾ ਬ੍ਰਦਰ ਵੀ ਇੱਥੇ ਰਹਿ ਰਿਹਾ, ਉਹ ਕੋ ਇੰਡੀਅਨ ਪਾਸਪੋਰਟ ਹੈਗਾ, ਕੀ ਉਹ ਵੀ ਨਹੀਂ ਬੁਲਾ ਸਕਦਾ? ਨਹੀਂ ਭਾਜੀ, ਇਹ ਭੈਣ ਜੀ ਉਹ ਵੀ ਨਹੀਂ ਬੁਲਾ ਸਕਦਾ, ਠੀਕ ਹੈ ਨਾ। ਓਕੇ ਠੀਕ ਆ, ਠੀਕ ਹੈ ਨਾ। ਅਗਰ ਬ੍ਰਿਟਿਸ਼ ਨਹੀਂ ਬੁਲਾ ਸਕਦਾ ਤੇ ਬ੍ਰਦਰ ਕਿਸ ਤਰ੍ਹਾਂ ਬੁਲਾ ਸਕਦਾ ਜਿਸ ਕੋਲ ਇੰਡੀਅਨ ਪਾਸਪੋਰਟ ਹੋਗਾ, ਠੀਕ ਹੈ। ਉਹ ਕਹੇਗਾ ਕਿ ਜਿਸ ਕੋਲ ਇੰਡੀਅਨ ਪਾਸਪੋਰਟ ਹੈਗਾ ਉਹ ਇੰਡੀਅਨ ਨਾਗਰਿਕ ਹੈਗਾ, ਉਹ ਖੁਦ ਇੰਡੀਆ ਜਾ ਕੇ ਰਹੇ ਤੇ ਮਾਂ ਪਿਓ ਨੂੰ ਸੰਭਾਲੇ, ਠੀਕ ਹੈ ਜੀ। ਪਰ ਉਹਦਾ ਫੈਮਿਲੀ ਇੱਥੇ ਹੈਗਾ, ਕੰਮ ਇੱਥੇ ਆ। ਹਾਂਜੀ, ਤੇ ਉਹ ਮੈਂ ਗੱਲ ਮੰਨ ਗਿਆ ਤੁਹਾਡੀ, ਲੇਕਿਨ ਹਕੂਮਤ ਦੀ ਪਾਲਿਸੀ ਇਹ ਹੈਗੀ ਆ, ਠੀਕ ਆ, ਕਿ ਜਿਹੜੇ ਬ੍ਰਿਟਿਸ਼ ਬੰਦੇ ਹੈਗੇ ਜਾਂ ਤਾਂ ਉਹ ਆਪਣੇ ਬੱਚਿਆਂ ਨੂੰ ਨਾਲ ਰੱਖਣ ਜਾਂ ਆਪਣੀ ਵਾਈਫ ਨੂੰ ਨਾਲ ਰੱਖਣ,
पेरेंट की अगर मजबूरी हैगी है तो उसका यह कानून जो पांच सात शर्त दसियां फिर बुला सकते अदरवाइज नहीं बुला सकते नहीं जिदा मेरे डैड डैड मेरे डैड पास हुए 2 years ago हाँ जी ता मैं कहती है कि मेरे मामा हुण कल्ले इंडिया च रहिंदे हैगे 72 year old हैगे ओ मैं समझ गया गल ते तुसी ਤੁਸੀਂ ਖੁਦ ਕਿਉਂ ਇੰਡੀਆ ਜਾਂਦੇ ਮੈਂ ਇੱਕ ਸਵਾਲ ਪੁੱਛਣਾ ਸੌਂ ਕੋਲੋਂ ਮੇਰੇ ਕੋ ਮੇਰੇ ਬੱਚੇ ਹੈਗੇ ਆ ਪੜ੍ਹਦੇ ਹੈਗੇ ਫਿਰ ਇਹ ਸਾਨੂੰ ਹੋਮ ਆਫਿਸ ਨੂੰ ਦੱਸਣਾ ਤੁਹਾਨੂੰ ਦੇ ਬੱਚੇ ਅੱਗੇ ਛੋਟੇ ਅੱਗੇ ਤੁਹਾਨੂੰ ਬੱਚਿਆਂ ਦੀ ਲੋੜ ਲੱਗੀ ਆ ਇੰਡੀਆ ਤੁਸੀਂ ਨੌਕਰ ਜਾ ਕੇ ਰੱਖਦੇ ਨਹੀਂ ਸਕਦੇ ਕਿਉਂਕਿ ਤੁਹਾਨੂੰ ਦੀ ਮੰਮੀ ਤੁਹਾਨੂੰ ਨਾਲ ਆਦੀ ਹੈਗੀ ਤੁਹਾਨੂੰ ਤੇ ਡਿਪੈਂਡੈਂਟ ਹੈਗੀ ਆ ਠੀਕ ਆ ਇਹ ਜਿਹੜੀ ਗੱਲਾਂ ਦੱਸੀਆਂ ਅਗਰ ਇਹ ਸਾਰੀਆਂ ਅਸੀਂ ਐਕਸਪਲੇਨ ਕਰ ਦਈਏ ਤੇ ਫਿਰ ਲੱਗ ਜਾਏਗਾ ਵੀਜ਼ਾ ਫਿਰ ਤਾਂ ਦਿੱਕਤ ਹੀ ਕੋਈ ਨਹੀਂ ਠੀਕ ਹੈ ਜੀ ਥੈਂਕ ਯੂ ਜੀ ਵੀਰ ਸਾਹਿਬ ਜੀ एक धक्का असं बर्दाश्त नहीं करते वो ये है कि 20 साल तो असं इतने रह रहे हैं ज ब्रिटिश जिहड़े आपां तुसीं दस्सिया कि ब्रिटिश अपने माँ प्यो नहीं बुला सकते तो साडे वर्गे जिहड़े लोग लीव टू रिमेन वाले आ जिहड़े 2.5 साल वाले है ना जां 10 साल के जिहड़े वीजे ते आ वो या तो ब्रिटिश वाले इन्हां नाल इन्ना धक्का क्यों आ क्योंकि टैक्स पेयर आ इत्थे यूके दे वसनीक आ यूके दे विच रह रहे इन्ने चिर तों जिहड़े बाहरों आउंदे आ यूरोप तों आउंदे आ उहनां दे जिहड़े माँ प्यो इत्थे पक्के भी हो गए आ जां उहनां दी भाजी इह तुहानूं बिल्कुल सही है सवाल सीगा कोई ऐसे अपना चलो इह सवाल हैगा मैं सवाल विच खुद ही जवाब दे दित्ता इसदा मैं दस्सिया 2020 तों पहले सी उस तों बाद हुण नहीं हैगा हुण यूरोपियन दे भी पेरेंट्स ने नहीं देंदे उहनां वास्ते बहुत सख्त सख्ताई होई इतनी सख्ताई है जितना ब्रिटिश दे पेरेंट्स वास्ते दूजी गल तुसीं दस्सी आ कि जड़े ब्रिटिश अगे हुकूमत नहीं कहती बुला नहीं सकते जी ब्रिटिश बुला सकते हैं पांच शर्त सत शर्त लिव टू रिमेन भी सेम लिव टू रिमेन कैटेगरी नहीं आते तो लेकिन उस गुंजाइश हैगी कि जिस को 2.5 साल का वीजा है जी ठीक है फर्ज करो तो डैडी इंडिया तो आ गया इतने आके बड़ा सख्त बीमार हो गया फिर अगर उन्होंने हालात वाकई बड़े जैनुअली खराब है बीमार हो गए डिमेंशिया आ गया क्योंकि अक्सर पुरानी उम्र सियानी उम्र डिमेंशिया बीमारी सब होंगी आप इस तरह के केस किए अगर जैनुअली हालात खराब है तो वीजा मिल भी जाता एज अ रूल नहीं देंगे एज अ एक्सैप्शन देंगे एज अ रूल का मतलब यह होंगे कि देना ही देना नहीं वो हालात देखेंगे केस टू केस बेसिस देखेंगे अगर वो सहमत होए कि वाकई ये बंदा इतने फर्ज करो तुम डॉक्टर अगे तुम 2.5 साल का वीजा है तुम इतने आवाम की जनता की ब्रिटिश जनता की सेवा कर रहे हो तुम अपना डैडी या मम इंडिया बड़े सख्त बीमार अगे या तुसां दे डैडी नूं लोड़ लगी तुसां दी इंडिया विच तुसीं कह रहे हो मैं ते ब्रिटिश लोगों की सेवा कर रहा खुद डॉक्टर हैगा ठीक है तो मैं चाहुंदा कि मेरी माँ मेरे कोल होवे मैं उहदी भी सेवा करा वो हुकूमत देखेगी बंदे कोल हालात फाइनैंशियली बंदा स्टेबल हैगा बंदे अच्छा काम कर रहा वो हो सकता है उन्हूं वन ऑफ बेस से दे भी देवन ठीक है उहदे तरीके होंदे मुख्तलिफ प्रोसीजर होंदे कन्विंस करना पैंदा वो आउट ऑफ इमीग्रेशन रूल 2.5 साल का वीजा मिल भी सकता लेकिन एज अ रूल नहीं देवनगे अगेन एज अ ह्यूमन राइट या एज अ रैम खा के एज अ एक्सेप्शन दे सकते जी वैसे कोई रूल नहीं है रूल 2.5 साल बंदे वास्ते रूल नहीं है हाँ ब्रिटिश वास्ते एप्लीकेशन का नाम दस एल्डरली डिपेंडेंट उस अंदर हो सकता जी जी बिल्कुल जी दुरुस्त सवाल हमेशा ही हर एक सवाल का सही उत्तर सही जवाब जवीर साहब अपना देंगे ने सो हर प्रोग्राम असं हमेशा ही इदा ही जड़ा जानकारी नवी तो नवी जी साझी करते हैं अपने नाल सो अज भी प्रोग्राम आए हैं सो जो सा टाइम आ टाइम हम बहुत सूई घड़ी की सूई कह रही है कि प्रोग्राम समाप्त समाप्ति वाल जा रहा है सो आप नवा प्रोग्राम लैके नैक्सट सैटरडे तो नैक्सट सैटरडे फिर हाजिर होवे इन्हों नवी अपडेटा लैके नवे प्रोग्राम के नाल तद तक ले सत श्री अकाल